ਚੜ੍ਹਦੀ ਕਲਾ ਟਾਈਮ ਟੀ ਵੀ ਦੇ ਵਿਸ਼ੇਸ਼ ਪ੍ਰੋਗਰਾਮ ਦੇਸ ਪ੍ਰਦੇਸ਼ ਲਾਈਵ ਦੇ ਵਿੱਚ ਸਵਾਗਤ ਹੈ ਜੀ। ਮੌਸਮ ਅਤੇ ਗਰਮੀ ਜਿਹੜੀ ਹੈਗੀ ਹੈ ਜੋਬਨ ਦੇ ਉੱਪਰ ਹੈ ਇਸ ਵਕਤ, ਜਿਹੜੀ ਤਪਸ਼ ਹੈ ਪੂਰੀ ਪੈ ਰਹੀ ਹੈ ਪੰਜਾਬ ਦੇ ਵਿੱਚ, ਪਰ ਜਿਹੜਾ ਵਿਦੇਸ਼ਾਂ ਦੇ ਵਿੱਚ ਇਮੀਗ੍ਰੇਸ਼ਨ ਔਰ ਸਟੂਡੈਂਟ ਵੀਜ਼ੇ ਦਾ ਮੌਸਮ ਹੈ ਉਹ ਬਹੁਤ ਹੀ ਕਰਵਟ ਲੈ ਰਿਹਾ, ਦਿਨੋਂ ਦਿਨ ਜਿਹੜਾ ਹੈਗਾ ਬਦਲਦਾ ਜਾ ਰਿਹਾ। ਸਵੇਰੇ ਮੌਸਮ ਹੋ ਰਿਹਾ, ਸ਼ਾਮੀ ਹੋ ਰਿਹਾ, ਕਹਿਣ ਤੋਂ ਭਾਵ ਕਿ ਬੱਚਾ ਅੱਜ ਅਪਲਾਈ ਕਰਦਾ, ਬਾਅਦ ਦੇ ਵਿੱਚ ਰਿਕੁਆਇਰਮੈਂਟ ਚੇਂਜ ਹੋ ਰਹੀ ਹੈ। ਭਾਵੇਂ ਆਸਟ੍ਰੇਲੀਆ ਹੈ, ਭਾਵੇਂ ਨਿਊਜ਼ੀਲੈਂਡ ਹੈ, ਦੋਵੇਂ ਦੇਸ਼ਾਂ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਕਾਗਜ਼ ਮੰਗੇ ਜਾ ਰਹੇ ਨੇ, ਤਰ੍ਹਾਂ ਤਰ੍ਹਾਂ ਦੇ ਸਵਾਲ ਪੁੱਛੇ ਜਾ ਰਹੇ ਨੇ। ਪਰ ਅਕਸਰ ਅਸੀਂ ਇਸ ਸ਼ੋਅ ਦੇ ਵਿੱਚ ਗੱਲ ਕਰਦੇ ਹੁੰਦੇ ਹਾਂ ਕਿ ਜਿਨ੍ਹਾਂ ਦੇ ਏਜੰਟਸ, ਸਭ ਤੋਂ ਪਹਿਲਾ ਸਟੈਪ ਹੁੰਦਾ ਏਜੰਟਸ ਚੰਗੇ ਨੇ, ਉਹ ਨਾ ਡੋਲਦੇ ਨੇ, ਡਗਮਗਾਉਂਦੇ ਨੇ, ਨਾ ਹੀ ਵੀਜ਼ਾ ਰਿਜੈਕਟ ਹੋਣ ਦੇ ਕੋਈ ਚਾਂਸਸ ਬਣਦੇ ਨੇ, ਕਿਉਂਕਿ ਇਮਾਰਤ ਜਿਹੜੀ ਉਹ ਨੀਂਹਾਂ ਦੇ ਉੱਪਰ ਖੜਦੀ ਹੈ। ਸੋ ਤੁਹਾਨੂੰ ਜਿਹੜੀ ਹੈਗੀ ਹੈ ਸਿਲੈਕਸ਼ਨਸ ਆਫ ਏਜੰਟ ਜਾਂ ਕੰਸਲਟੈਂਟਸ ਧਿਆਨ ਨਾਲ ਕਰਨੀ ਚਾਹੀਦੀ ਹੈ। ਅੱਜ ਅਸੀਂ ਜਿਹੜੇ ਬਦਲਦੇ ਹਾਲਾਤ ਨੇ ਇਸ ਵਕਤ ਕੈਨੇਡਾ ਦੇ ਵਿੱਚ, ਆਸਟ੍ਰੇਲੀਆ ਦੇ ਵਿੱਚ, ਨਿਊਜ਼ੀਲੈਂਡ ਦੇ ਵਿੱਚ, ਉਹਦਾ ਪੰਜਾਬ ਦੇ ਸਟੂਡੈਂਟਸ 'ਤੇ ਪੈ ਰਿਹਾ ਪ੍ਰਭਾਵ, ਨਤੀਜੇ ਜਿਹੜੇ ਆਏ ਨੇ CBSE ਦੇ ਜਾਂ ਬਾਕੀ ਜਿਹੜੇ ਚਾਹੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਹੈ, ICSE ਵਾਲੇ ਬੱਚੇ ਨੇ ਜਿਹੜੇ ਇਸ ਵਕਤ ਜਾਣ ਦੇ ਚਾਹਵਾਨ ਨੇ, ਜਿਨ੍ਹਾਂ ਦੀ ਪਰਸੈਂਟੇਜ ਲੋ ਆਈ ਹੈ ਜਾਂ ਰਿਕੁਆਇਰਮੈਂਟ ਜਿਹੜੀ ਹੈਗੀ ਪੂਰੀ ਨਹੀਂ ਹੋ ਪਾਈ, ਉਹਨਾਂ ਲਈ ਕੀ ਆਪਸ਼ਨਸ ਹੈਗੇ ਆ। ਸੋ ਗੋਗਲੋਬਲ ਵੱਲੋਂ ਅਸੀਂ ਕਾਫੀ ਇੱਕ ਤਹਈਆ ਕੀਤਾ, ਜੋ ਬੱਚਾ ਨਿਰਾਸ਼ ਹੈ ਰਿਜ਼ਲਟ ਤੋਂ ਬਾਅਦ ਕਿ ਹੁਣ ਮੇਰਾ ਕੈਨੇਡਾ ਨਹੀਂ ਲੱਗ ਪਾਏਗਾ ਜਾਂ ਆਸਟ੍ਰੇਲੀਆ ਨਹੀਂ ਲੱਗ ਪਾਏਗਾ ਜਾਂ ਨਿਊਜ਼ੀਲੈਂਡ ਦੀ ਰਿਕੁਆਇਰਮੈਂਟ ਪੂਰੀ ਨਹੀਂ ਹੋਈ, ਉਹਨਾਂ ਵਾਸਤੇ ਇਹ ਨਹੀਂ ਹੈ ਕਿ ਤਿੰਨ ਦੇਸ਼ਾਂ ਤੋਂ ਇਲਾਵਾ ਕਿਸੇ ਤਰ੍ਹਾਂ ਦੀ ਕੋਈ ਵਰਲਡ ਦੇ ਵਿੱਚ ਜਾਣ ਦੀ ਰਿਕੁਆਇਰਮੈਂਟ ਪੂਰੀ ਨਹੀਂ ਹੋ ਸਕੇਗੀ। ਸੋ ਬਹੁਤ ਸਾਰੀਆਂ ਅਹਿਮ ਗੱਲਾਂ ਅੱਜ ਦੇ ਸ਼ੋਅ ਦੇ ਵਿੱਚ ਹੋਣਗੀਆਂ, ਉਹਨਾਂ ਵਿਦਿਆਰਥੀਆਂ ਲਈ ਜਿਹੜੇ ਜਾਣ ਦੇ ਯੋਗ ਨੇ, ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ, ਜਿਹੜੇ ਨਹੀਂ ਜਾ ਪਾ ਰਹੇ ਉਹਨਾਂ ਨੂੰ ਕਿਹੜੇ ਕਿਹੜੇ ਦੇਸ਼ ਵਿੱਚ ਆਪਸ਼ਨ ਜਿਹੜੀ ਹੈਗੀ ਹੈ ਅਤੇ ਕਿਵੇਂ ਮਿਲ ਸਕਦੀ ਹੈ, ਉਹਦੇ ਬਾਰੇ ਚਰਚਾ ਕਰਨ ਵਾਸਤੇ ਨਵਨੀਤ ਜੀ ਇਸ ਮੰਚ 'ਤੇ ਮਾਧੁਰੀ ਨਾਲ ਹਾਜ਼ਰ ਨੇ। ਬਹੁਤ ਬਹੁਤ ਸਵਾਗਤ ਰੋਲਾ ਜੀ। ਸਤਿ ਸ਼੍ਰੀ ਅਕਾਲ ਰਣਵੀਰ ਜੀ, ਸਤਿ ਸ਼੍ਰੀ ਅਕਾਲ ਸਾਰੇ ਦਰਸ਼ਕਾਂ ਨੂੰ, ਜਿਹੜਾ ਆਪਦਾ ਕੀਮਤੀ ਸਮੇਂ ਦੇ ਕੇ ਸਾਡੇ ਇਸ ਪ੍ਰੋਗਰਾਮ ਨੂੰ ਪਿਆਰ ਬਖਸ਼ਦੇ ਹੋ। ਸ਼ੁਰੂਆਤ ਕਰਾਂਗੇ ਜੇ ਮੈਂ ਕੈਨੇਡਾ ਤੋਂ ਜੀ। ਬੱਚੇ ਅਕਸਰ ਇੱਕ ਸਭ ਤੋਂ ਪਹਿਲਾਂ ਬੇਨਤੀ ਕਰਦੀ ਹੈ ਬੱਚੇ ਨੂੰ, ਬੱਚੇ ਫੇਸਬੁੱਕ 'ਤੇ ਸਵਾਲ ਐਸੇ ਪੁੱਛਦੇ ਨੇ ਜੀ, +2 ਹੋ ਗਈ, ਇੰਨੇ ਪਰਸੈਂਟ ਬੈਂਡ ਆ ਗਏ, ਮੈਂ ਜਾ ਸਕਦਾ? ਇਹ ਜਿਹੜਾ ਪ੍ਰੋਗਰਾਮ ਚਲਾਇਆ ਗਿਆ ਦੇਸ਼ ਪ੍ਰਦੇਸ਼ ਲਾਈਵ ਦੇ ਵਿੱਚ ਫੇਸਬੁੱਕ 'ਤੇ, ਇਹ ਸਿਰਫ ਚਲਾਇਆ ਗਿਆ, ਕੋਈ ਤੁਹਾਡੇ ਕੋਲ ਸੁਝਾਅ ਹੋਵੇ, ਕੋਈ ਵਿਚਾਰ ਹੈ ਜਾਂ ਤੁਹਾਡੀ ਕੋਈ ਸ਼ਿਕਾਇਤ ਹੈ, ਪ੍ਰੋਫਾਈਲ ਜਿਹੜੀ ਹੈਗੀ ਸਾਡੇ ਐਕਸਪਰਟਸ ਦੇ ਨਾਲ ਹੀ ਸਾਂਝੀ ਕੀਤੀ ਜਾਵੇ, ਜਿਹੜੀ ਤੁਹਾਡੀ ਪ੍ਰੋਫਾਈਲ ਹੈਗੀ ਹੈ ਵਿਦੇਸ਼ ਜਾਣ ਸੰਬੰਧੀ। ਵੈਸੇ ਕੋਈ ਆਪਣਾ ਸਵਾਲ ਤੁਸੀਂ ਰੱਖਣਾ ਚਾਹੁੰਦੇ ਹੋ, ਕੋਈ ਕਾਫੀ ਵੱਡਾ ਮੁੱਦਾ ਜਿਹੜਾ ਹੈਗਾ ਜਿਹੜਾ ਚਾਹੁੰਦੇ ਹੋ ਕਿ ਦੇਸ਼ ਪ੍ਰਦੇਸ਼ ਦੇ ਵਿੱਚ ਡਿਸਕਸ ਕੀਤਾ ਜਾਵੇ, ਜਾਂ ਤੁਹਾਡੀ ਕੋਈ ਫਾਈਲ ਅੰਦਰ ਫਸੀ ਹੋਈ ਹੈ, ਤੁਸੀਂ ਕੋਈ ਸਾਡੇ ਐਕਸਪਰਟਸ ਨਾਲ ਇਸ ਮੰਚ 'ਤੇ ਉਹ ਸਵਾਲ ਪੁੱਛਣਾ ਚਾਹੁੰਦੇ ਹੋ ਜਿਹੜਾ ਕਿ ਬਾਕੀ ਲੋਕਾਂ ਦਾ ਵੀ ਭਲਾ ਹੋ ਸਕੇ, ਪਰਸਨਲ ਜਿਹੜੀਆਂ ਪ੍ਰੋਫਾਈਲਸ ਨੇ ਉਹ ਪਲੀਜ਼ ਇਸ ਸ਼ੋਅ ਦੇ ਵਿੱਚ ਡਿਸਕਸ ਨਾ ਕੀਤੀਆਂ ਜਾਣ, ਫੇਸਬੁੱਕ 'ਤੇ ਡਿਸਕਸ ਨਾ ਕੀਤੀਆਂ ਜਾਣ, ਇਸ ਤਰ੍ਹਾਂ ਦੀ ਜਾਣਕਾਰੀ ਸਾਡੇ ਐਕਸਪਰਟਸ ਤੋਂ ਹੀ ਲਈ ਜਾਵੇ। ਪਲੀਜ਼ ਸੁਝਾਅ, ਸ਼ਿਕਾਇਤ ਅਤੇ ਵਿਚਾਰ ਸਿਰਫ ਅਤੇ ਸਿਰਫ ਸਾਨੂੰ ਜਿਹੜੇ ਫੇਸਬੁੱਕ 'ਤੇ ਭੇਜੇ ਜਾਣ। ਮੈਂ ਤਾਂ ਯਾਦ ਆਇਆ ਕਿਉਂਕਿ ਬੱਚੇ ਬਹੁਤ ਵੱਡੇ ਪੱਧਰ 'ਤੇ ਇਸ ਵਕਤ ਪੁੱਛ ਰਹੇ ਨੇ ਬਿਲਕੁਲ ਕਿ ਇਸ ਵਕਤ ਜਿਹੜਾ ਮਾਹੌਲ ਹੈਗਾ ਬਦਲਦਾ ਮਾਹੌਲ ਹੈਗਾ ਅਤੇ ਖਾਸ ਤੌਰ 'ਤੇ ਕੈਨੇਡਾ ਦੇ ਵਿੱਚ ਜਿਹੜਾ ਹੈਗਾ, ਕੀ ਅਸੀਂ ਹੁਣ ਫਾਈਲਾਂ ਲਾਉਣ ਦਾ ਸਹੀ ਵਕਤ ਹੈ ਕਿ ਅਸੀਂ ਫਾਈਲਾਂ ਲਾਈਏ? ਹਾਂ ਰਣਵੀਰ ਜੀ, ਕੈਨੇਡਾ ਦਾ ਤਕਰੀਬਨ ਹੁਣ ਜਿਹਨੂੰ ਪੰਜਾਬੀ 'ਚ ਕਹਿੰਦੇ ਨਤੀਜੇ ਖੁੱਲ੍ਹ ਕੇ ਮੂਹਰੇ ਆ ਗਏ ਹੈ ਕਿ CBSE ਦੇ ਵਿੱਚ ਕੁਛ ਬੱਚਿਆਂ ਨੂੰ ਮੈਥਸ ਤੋਂ ਬਹੁਤ ਵੱਡੀ ਮਾਰ ਖਾਣੀ ਪਈ ਹੈ, ਕੁਛ ਬੱਚਿਆਂ ਦੀ ਓਵਰਆਲ ਪਰਸੈਂਟੇਜ ਐਕਸਪੈਕਟਡ ਨਾਲੋਂ ਥੱਲੇ ਹੈ। ਪਹਿਲਾਂ ਤਾਂ ਮੈਂ ਇਹ ਕਹੂੰਗਾ, ਕਈ ਬੱਚੇ ਡਿਪਰੈਸ਼ਨ 'ਚ ਹੈ, ਬਹੁਤ ਸੀਰੀਅਸ ਹੋਏ ਹਾਲਾਤ ਨੂੰ ਲੈ ਕੇ, ਜੇ ਇਹ ਹਾਲਾਤ ਬਦਲ ਗਏ ਤਾਂ ਉਹਨੂੰ ਘੱਟੋ ਘੱਟ ਆਪਾਂ ਦਿਲ ਤੇ ਨਾ ਲਈਏ, ਅੱਗੇ ਕੀ ਕਰਨਾ ਉਹਦੇ ਬਾਰੇ ਸੋਚੀਏ। ਸੋ ਮੇਰੀ ਇੱਕ ਯੰਗਰ ਜਨਰੇਸ਼ਨ ਨੂੰ, ਮੇਰੇ ਭਤੀਜੇ ਭਤੀਜਿਆਂ ਦੀ ਉਮਰ ਦੇ ਤੁਸੀਂ ਬੱਚੇ ਹੋ, ਇੱਕ ਰਿਕੁਐਸਟ ਹੈ ਕਿ ਇਹਨੂੰ ਇੰਨਾ ਦਿਲ ਤੇ ਨਾ ਲਾਓ ਕਿ ਆਪਾਂ ਇਹਦਾ ਕੋਈ ਨਾ ਕੋਈ ਗਲਤ ਨਤੀਜਾ ਕੱਢ ਲਈਏ, ਡਿਪਰੈਸ਼ਨ ਚਲੇ ਜਾਈਏ, ਜੇ ਕੋਈ ਗੱਲ ਨਾ ਕਰੀਏ। ਸੋ ਜੇ ਹੁਣ ਰਣਵੀਰ ਜੀ, ਦੂਜਾ ਪੁਆਇੰਟ ਕੀ ਹੈ, ਇੱਕ ਬੜੀ ਵੱਡੀ ਬੱਚਿਆਂ ਨੇ ਕੰਡੀਸ਼ਨਲ ਆਫ ਲੈਟਰ ਦਾ ਮੇਲਾ ਚੱਲਿਆ ਸੀ, ਮੈਂ ਵੀ ਕੰਡੀਸ਼ਨਲ ਆਫ ਲੈਟਰ ਮੰਗਵਾਈਆਂ, ਮੈਂ ਵੀ ਸੈਮੀਨਾਰ ਕੀਤੇ, ਹਰ ਕੰਸਲਟੈਂਟ ਨੇ ਹਰ ਬੱਚੇ ਨੂੰ ਕੰਡੀਸ਼ਨਲ ਆਫ ਲੈਟਰ ਦੇ ਹੱਥ ਦੇ ਦਿੱਤੀ। ਹੁਣ ਹੋਇਆ ਕਿ ਕਈ ਬੱਚਿਆਂ ਦੀ ਕੰਡੀਸ਼ਨਾਂ ਤਾਂ ਹੋ ਗਈਆਂ ਪੂਰੀਆਂ, ਕਈਆਂ ਦੀ ਗਈਆਂ ਉਸ ਕਾਲਜ ਦੀਆਂ ਰਹਿ, ਉਹ ਬੱਚੇ ਨੂੰ ਲੱਗ ਰਿਹਾ ਕਿਤੇ ਨਾ ਕਿਤੇ ਮੈਂ ਰਿਜੈਕਟ ਹੋ ਗਿਆ, ਜਾਂ ਮੇਰਾ ਵੀਜ਼ਾ ਨਹੀਂ ਆਉਣਾ, ਜਾਂ ਮੇਰਾ ਪੋਸੀਬਿਲਿਟੀ ਨਹੀਂ ਹੈ। ਹਾਂ, ਹੁਣ ਜੇ ਮੈਥ 'ਚ 35 ਨੰਬਰ ਹੀ ਆਏ ਤਾਂ ਮੈਂ ਰਿਕਮੈਂਡ ਕਰਦਾ ਨਾ ਲਾਓ, ਤੁਹਾਡੀ ਗੱਲ ਠੀਕ ਹੈ, ਵੀਜ਼ਾ ਆਉਣਾ ਹੀ ਨਹੀਂ, ਜੇ ਕਿਸੇ ਦਾ ਆ ਵੀ ਗਿਆ ਦਿਖਾਵੇ ਵੀ ਨਾ, ਉਹਦੇ ਨਾਲ ਬਾਕੀ ਬੱਚੇ ਖਰਾਬ ਹੁੰਦੇ, ਪ੍ਰਮੋਸ਼ਨ ਨਹੀਂ ਹੈ। ਬਿਲਕੁਲ ਰਣਵੀਰ ਜੀ, ਮੈਂ ਤੁਹਾਡੀ ਗੱਲ ਨਾਲ 100% ਸਹਿਮਤ ਹਾਂ, ਜਿਨ੍ਹਾਂ ਕੋਲ ਮੈਥਸ ਐਡੀਸ਼ਨਲ ਸਬਜੈਕਟ ਸੀ ਉਹਨਾਂ ਤੇ ਇਹ ਚੀਜ਼ ਦਾ ਅਸਰ ਨਹੀਂ ਪਿਆ। ਦੂਜਾ, ਜਿਹੜਾ ਪੰਜਾਬ ਬੋਰਡ ਵਾਲੇ ਬੱਚੇ ਨੇ ਉਹਨਾਂ ਨੂੰ ਇਹ ਦੇਖਣਾ ਵੀ ਪ੍ਰੈਕਟੀਕਲ 'ਚੋਂ ਨੰਬਰ ਕਿੰਨੇ ਆ, ਥਿਊਰੀ 'ਚੋਂ ਕਿੰਨੇ ਆ। ਸੋ ਪ੍ਰੈਕਟੀਕਲ ਥਿਊਰੀ ਦੀ ਰੇਸ਼ੀਓ ਨੂੰ ਵੀ ਕਿਤੇ ਨਾ ਕਿਤੇ ਬੜੇ ਧਿਆਨ ਨਾਲ ਦੇਖਿਆ ਜਾਂਦਾ ਵੀ ਥਿਊਰੀ 'ਚ ਕਿੰਨੇ ਪਰਸੈਂਟ ਆ, ਪ੍ਰੈਕਟੀਕਲ 'ਚ ਕਿੰਨੇ ਆ, ਕਿੱਥੇ ਪਹੁੰਚੂ ਗੱਲ, ਕਿੱਥੇ ਨਹੀਂ ਪਹੁੰਚੂਗੀ। ਸੋ ਇੱਕ ਐਗਜ਼ਾਮਪਲ ਲੈਂਦੇ ਹਾਂ ਕਿ ਆਪਾਂ CBSE ਦੀ ਕੰਡੀਸ਼ਨ ਆਫ ਲੈਟਰ ਮੰਗਾ ਲਈ ਸੀਗੀ ਬ੍ਰਿਟਿਸ਼ ਕੋਲੰਬੀਆ ਦੀ, ਠੀਕ ਹੈ ਜੀ, ਮੈਂ ਕਿਸੇ ਕਾਲਜ ਦਾ ਨਾਮ ਨਹੀਂ ਲਊਂਗਾ ਇੱਥੇ, ਉਹਦੀ ਰਿਕੁਆਇਰਮੈਂਟ ਸੀ 62% ਜਾਂ 65%, ਆਪਣੇ 65% ਨੰਬਰ ਨਹੀਂ ਆਏ, ਆਪਣੇ 60% ਆ ਗਏ, ਆਪਾਂ ਨਾਰਾਜ਼ ਹੋ ਗਏ ਕਿ ਯਾਰ ਮੇਰਾ ਤਾਂ ਕਾਲਜ ਗਿਆ। ਸੋ ਤੁਹਾਨੂੰ ਪਰਟੀਕੁਲਰ ਕਾਲਜ ਦੀ ਕੰਡੀਸ਼ਨਾਂ ਮੀਟ ਵੀ ਨਹੀਂ ਹੋਈਆਂ, ਕੈਨੇਡੀਅਨ ਹਾਈ ਕਮਿਸ਼ਨ ਨੇ
ਸੋ ਵੀਜ਼ੇ ਦੀ ਗਰੰਟੀ ਤਾਂ 65 ਤੇ ਵੀ ਹੈ ਨਹੀਂ, 95 ਤੇ ਵੀ ਹੈ ਨਹੀਂ, ਵੀਜ਼ੇ ਦੀ ਗਰੰਟੀ 55 ਤੇ ਵੀ ਨਹੀਂ ਹੈ ਕਿ ਡਿਕਲਾਈਨ ਹੋ ਜੂਗਾ। ਬਟ ਯੈਸ, ਜੇ ਮੈਥ 'ਚ ਜਾਂ ਕੈਮਿਸਟਰੀ ਜਾਂ ਫਿਜ਼ਿਕਸ ਇੱਕ ਨੰਬਰ ਦੇ ਵਿੱਚ, ਇੱਕ ਸਬਜੈਕਟ 40 ਨੰਬਰਾਂ ਤੋਂ ਵੀ ਥੱਲੇ ਰਹਿ ਗਏ ਹੋ, ਬੁਰੇ ਹਾਲ ਨੇ, ਤਾਂ ਆਪਾਂ ਮੇਰਾ ਖਿਆਲ ਮੁਲਕ ਬਦਲ ਲਈਏ ਜਾਂ ਕੁਛ ਹੋਰ ਫੈਸਲਾ ਲਈਏ, ਐਵੇਂ ਪੈਸੇ ਨਾ ਖਰਾਬ। ਅੱਛਾ, ਜਿਹੜੇ ਬੱਚੇ ਬਾਰਡਰ ਲਾਈਨ ਤੇ ਖੜੇ ਨੇ ਕਿ ਮੇਰੇ ਪਰਸੈਂਟੇਜ ਜਿਹੜੀ 47 ਆ ਗਈ, ਐਗਜ਼ਾਮਪਲ ਮੈਂ ਇੱਕ ਦਿਨ ਪਹਿਲਾਂ ਵੀ ਇਸ ਮਸਲੇ ਦੀ ਸ਼ੋਅ 'ਚ ਡਿਸਕਸ਼ਨ ਕੀਤੀ ਸੀ, ਉਦੋਂ ਹਲੇ ਰਿਜ਼ਲਟ ਨਹੀਂ ਆਏ ਸੀ। ਹੋ ਜਾਂਦਾ ਕਈ ਵਾਰੀ ਮੈਥ ਹੀ ਆਧਾਰ ਹੈ ਕੈਨੇਡਾ ਜਾਣ ਦਾ, ਮੈਥ ਦੇ ਵਿੱਚ ਹੀ ਤੁਹਾਡੇ 3 ਜਾਂ 4% ਜਾਂ 4 ਨੰਬਰ ਘੱਟ ਗਏ, 50 ਲੈਣੇ ਸੀ। ਹੁਣ ਜਦੋਂ ਰੀਚੈਕਿੰਗ ਜਾਂ ਰੀਵੈਲਿਊਏਸ਼ਨ ਬਾਅਦ 6 ਮਹੀਨੇ ਬਾਅਦ ਜਦੋਂ ਦੁਬਾਰਾ ਗੇਨ ਕਰਦਾ, ਜਿਹੜਾ ਗੈਪ ਪੈ ਜਾਂਦਾ, ਉਹਦਾ ਅਸਰ ਵੀ ਹੋਵੇ ਕੁਛ ਰੀਵੈਲਿਊਏਸ਼ਨ ਦਾ? ਰਣਬੀਰ ਜੀ, ਜੇ ਤਾਂ ਰੀਵੈਲਿਊਏਸ਼ਨ ਹੈ ਉਹ ਨੈਗੇਟਿਵ ਹੋਣੀ ਨਹੀਂ ਹੈ, ਜੇ ਆਪਾਂ ਪੇਪਰ ਦੇ ਕੇ ਇੰਪਰੂਵ ਕਰਦੇ ਹਾਂ ਉਹਨੂੰ ਕੋਈ ਬਹੁਤ ਪੋਜ਼ਿਟਿਵ ਨਹੀਂ ਦੇਖਿਆ ਜਾਂਦਾ। ਦੋ ਤਰੀਕੇ, ਇੱਕ ਤਾਂ ਹੈ ਨਾ ਰੀਅਪੀਅਰ, ਇੱਕ ਰੀਵੈਲਿਊਏਸ਼ਨ। ਜੇ ਰੀਵੈਲਿਊਏਸ਼ਨ ਹੋ ਸਕਦੀ ਜਦੋਂ ਆਪਾਂ ਫਾਈਲ ਲਾਵਾਂਗੇ, ਚਲੋ ਮੈਂ ਮੰਚ ਤੇ ਦੱਸ ਦਿੰਦਾ ਆਪਣੀ ਟ੍ਰੇਡ ਸੀਕ੍ਰੈਟ, ਉਹਦੇ 'ਚ ਉਹ ਦਸਤਾਵੇਜ਼ ਐਸਓਪੀ ਦੇ ਰੂਪ ਦੇ ਵਿੱਚ, ਇੱਕ ਚੈੱਕਲਿਸਟ ਦੇ ਰੂਪ ਦੇ ਵਿੱਚ ਨਾਲ ਲਾ ਦਾਂਗੇ। ਜੇ ਮੈਨੂੰ ਭਰੋਸਾ ਸੀ ਮੇਰੇ ਨੰਬਰ ਵੱਧ ਆਉਣੇ, ਮੈਂ ਅਪਲਾਈ ਕੀਤਾ ਔਰ ਨੰਬਰ ਮੇਰੇ ਵਧੇ, ਜਦੋਂ ਆਪਾਂ ਰੀਅਪੀਅਰ ਲਾਉਂਦੇ ਹਾਂ ਉਦੋਂ ਵੀਜ਼ਾ ਅਫਸਰ ਦੀ ਮਰਜ਼ੀ ਹੈ ਉਹ ਇਹ ਚੀਜ਼ ਨੂੰ ਦਾਤ ਦੇਵੇ। ਰਣਬੀਰ ਜੀ, ਕੈਨੇਡਾ ਦੀ ਨਾ ਇੱਕ ਭਾਈ 2 ਮਿੰਟ ਲਾ ਲੈਂਦੇ, ਕੈਨੇਡਾ ਦਾ ਵੀਜ਼ਾ ਸਬਜੈਕਟਿਵ ਡਿਸੀਜਨ ਹੈ। ਹੁਣ ਅਮੂਮਨ ਤੌਰ 'ਤੇ ਲੋਕੀ ਕਹਿਣਗੇ ਭਾਅ ਜੀ ਹੋ ਜੂਗਾ ਕਿ ਨਹੀਂ ਹੋਜੂਗਾ, ਤੁਸੀਂ ਆਪ ਦੇ ਘਰੇ ਬੈਠੇ ਮਾਤਾ ਪਿਤਾ 1 ਮਿੰਟ ਲਈ ਵੀਜ਼ਾ ਅਫਸਰ ਬਣੋ। ਤੁਹਾਡੇ ਕੋਲ ਫਾਈਲ ਆਈ, ਬੱਚੇ ਦੇ 47 ਨੰਬਰ ਮੈਥ 'ਚ ਹੈ, ਓਵਰਆਲ 80 ਨੰਬਰ ਹੈ, ਤੁਸੀਂ ਕਹੋ ਯਾਰ ਚੱਲ ਕੋਈ ਨਹੀਂ 1 ਨੰਬਰ 'ਚ ਪੇਪਰ 'ਚ ਮਾੜਾ ਸੀ ਤੇ ਵੀਜ਼ਾ ਦੇ ਦੇ, ਦੂਜਾ ਵੀਜ਼ਾ ਅਫਸਰ ਕਹੇ ਜੇ ਐਡਾ ਹੀ ਲਾਇਕ ਸੀ ਮੈਥ 'ਚ ਵੀ ਲੈਂਦਾ ਮੈਂ ਨਹੀਂ ਦਿੰਦਾ। ਸੋ ਕੰਸਲਟੈਂਟ ਜਿਹੜੇ ਬੈਠ ਕੇ ਮੰਚ ਤੇ ਕਿਤੇ ਵੀ ਵਾਅਦੇ ਕਰਦੇ ਫਿਰਦੇ ਆ, ਪਰਸਨਲ ਡਿਸੀਜਨ ਵੀ ਹੈ, ਬਿਲਕੁਲ ਕੀ ਸੋਚ ਹੈ, ਕੀ ਥਿੰਕਿੰਗ ਹੈ, ਬਹੁਤ ਵੱਡਾ। ਰਣਬੀਰ ਜੀ, ਕੈਨੇਡਾ ਦਾ ਗੈਪ ਕਰਨ ਨੂੰ ਐਕਸੈਪਟ ਅਲਾਉ ਕਰਦਾ, ਤੁਸੀਂ ਕੈਨੇਡਾ ਦੀ ਐਸਪੀਪੀ ਦੀ ਜਿਹੜੀ ਗਾਈਡਲਾਈਨਸ ਆ ਉਹਦਾ ਗੈਪ ਵੀ ਐਕਸੈਪਟੇਬਲ ਹੈ, ਉਹ ਮੈਂ ਇਅਰਸ ਨਹੀਂ ਬੋਲਣਾ, ਪੰਜਾਬ 'ਚ ਮੇਲਾ ਲੱਗ ਜੂ, ਸੋ ਉਹਦੇ ਤਾਂ ਗੈਪ ਵੀ ਬੜਾ ਵੱਡੇ ਲੈਵਲ ਤੇ ਐਕਸੈਪਟੇਬਲ ਹੈ ਗ੍ਰੈਜੂਏਟ ਦਾ ਕਿ ਓਕੇ ਆ ਜਾਓ। ਸੋ ਪੁਆਇੰਟ ਇਹ ਹੈ ਕਿ ਆਪਣੇ ਓਵਰਆਲ ਸਕੋਰ ਪਰਸੈਂਟੇਜ ਕੀ ਹੈ, ਜਿਹੜਾ ਕੋਰਸ ਮੈਂ ਲੈਣ ਜਾ ਰਿਹਾ ਉਹਦੀ ਸਿਚੁਏਸ਼ਨ ਕੀ ਹੈ, ਜਿਹੜੇ ਕਾਲਜ 'ਚ ਮੈਂ ਜਾ ਰਿਹਾ ਉਹ ਸਿਰਫ ਇਸ ਕਰਕੇ ਤਾਂ ਨਹੀਂ ਲੱਗ ਰਿਹਾ, ਉਹ ਇੰਨਾ ਦੂਰ ਦੁਰਾਡੇ ਦਾ ਕਾਲਜ ਜਾਂ ਇਹੋ ਜਿਹਾ ਕਾਲਜ ਜਿੱਥੇ ਬੱਚੇ ਹੈ ਹੀ ਨਹੀਂ ਕਿ ਲੱਗੇ ਕਿ ਕੰਡੀਸ਼ਨਾਂ ਪੂਰੀਆਂ ਹੋ ਰਹੀਆਂ ਤਾਂ ਉੱਥੇ ਜਾ ਰਹੇ ਆ। ਸੋ ਇਹ ਮੇਰੀ ਨਿੱਜੀ ਰਾਏ ਹੈ, ਕੋਈ ਹਾਈ ਕਮਿਸ਼ਨ ਦੀਆਂ ਇੱਥੇ ਗਾਈਡਲਾਈਨਸ ਨਹੀਂ ਹੈਗੀਆਂ, ਬਟ ਦਾ ਪੁਆਇੰਟ ਇਜ਼ ਕਿ ਜੇ ਆਪਾਂ ਨੂੰ ਦਿਖਦਾ ਕਿ ਇੱਥੇ ਆਪਣੇ ਨੰਬਰ ਮਾੜੇ ਬਾਲੇ ਆ ਗਏ ਨੇ, ਤਾਂ ਮੇਰਾ ਖਿਆਲ ਅਪਲਾਈ ਨਹੀਂ ਕਰ। ਬਿਲਕੁਲ। ਅੱਛਾ, ਕੈਨੇਡਾ ਵਾਸਤੇ ਜਿਹੜੇ ਹੁਣ ਬੱਚੇ ਜਾਣ ਦੇ ਚਾਹਵਾਨ ਇਸ ਵਕਤ, ਡੈਡਲਾਈਨਸ ਜਿਹੜੀਆਂ ਨੇ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ? GAC ਅਕਾਊਂਟ ਨੂੰ ਕਿੰਨਾ ਟਾਈਮ ਲੱਗਣਾ, ਜਾਂ ਜਿਹੜੇ ਹਲੇ ਜਿਹੜੇ ਆਇਲਸ ਦੇ ਰਹੇ ਨੇ ਬੱਚੇ ਉਹਨਾਂ ਵਾਸਤੇ ਕੀ ਮਤਲਬ ਕਿੰਨੀ ਕੁ ਦੇਰੀ ਹੋਰ ਹੋ ਸਕਦੀ? ਰਣਬੀਰ ਜੀ, ਪਹਿਲਾਂ ਤਾਂ ਮੈਂ GIC ਦਾ ਪੁਆਇੰਟ ਪਿਕ ਕਰੂੰਗਾ। ਪੰਜਾਬ 'ਚ ਮੈਨੂੰ ਕਈ ਬੱਚਿਆਂ ਨੇ ਕਿਹਾ ਵੀ ਸਾਡਾ ਕੰਸਲਟੈਂਟ ਕਹਿੰਦਾ GIC ਸਾਨੂੰ ਕੈਸ਼ ਦੇ ਜਾ, ਅਸੀਂ ਜਮ੍ਹਾਂ ਕਰਾ ਦਾਂਗੇ। ਪਲੀਜ਼ ਕਿਸੇ ਕੰਸਲਟੈਂਟ ਨਾਲ GIC ਜਾਂ ਫੀਸ ਦੀ ਕੈਸ਼ ਨਾ ਕਰੋ, ਇਹ ਕਾਨੂੰਨ ਤੌਰ 'ਤੇ ਸਹੀ ਨਹੀਂ ਔਰ ਤੁਹਾਡੇ ਹੱਕ 'ਚ ਵੀ ਨਹੀਂ ਹੈ। ਸੋ ਪਹਿਲਾਂ ਤਾਂ ਮੈਂ ਇੱਕ ਜਨਰਲ ਇਨਫੋਰਮੇਸ਼ਨ ਜ਼ਰੂਰ ਦਊਂਗਾ। ਇਹ ਤਾਂ ਮੇਰੇ ਖਿਆਲ ਰਿਫੰਡ ਵੇਲੇ ਬਹੁਤ ਪੰਗਾ, ਬਹੁਤ ਵੱਡਾ ਪ੍ਰੋਬਲਮ ਹੋ ਸਕਦੀ ਹੈ, ਤੁਸੀਂ ਕੰਸਲਟੈਂਟ ਦੇ ਥੱਲੇ ਲੱਗੇ ਰਹਿ ਜਾਓਗੇ। ਦੇਖੋ, ਕਿਸੇ ਕੰਸਲਟੈਂਟ ਕੋਲੇ ਵੀਜ਼ੇ ਦੀ ਗਰੰਟੀ ਨਹੀਂ, ਚਾਹੇ ਮੈਂ ਆ ਚਾਹੇ ਕੋਈ ਹੋਰ ਹੈ ਕੋਈ, ਜੇ ਤੁਹਾਨੂੰ ਵੀਜ਼ੇ ਦੀ ਗਰੰਟੀ ਵੱਧਦਾ, ਮੈਂ ਇੱਕ ਮੰਚ ਤੇ ਪਹਿਲਾਂ ਵੀ ਇਹ ਗੱਲ ਕਹਿ ਕੇ ਹਟਿਆ, ਅਸੀਂ ਵਕੀਲ ਆ, ਜਿਹੜਾ ਕਰ ਸਕਦੇ ਫੈਸਲਾ ਨਹੀਂ ਲਿਖ ਸਕਦੇ, ਰਾਈਟ? ਚਾਹੇ ਕੋਈ ICCR ਮੈਂਬਰ ਹੈ, ਚਾਹੇ ਕੋਈ ਹੋਰ ਕੰਟਰੀ ਦਾ ਵਕੀਲ ਹੈ, ਉਹਨੂੰ ਪੂਰਾ ਅਖਤਿਆਰਤ ਹੈ, ਬਟ ਸਟੂਡੈਂਟ ਵੀਜ਼ਾ ਦੇ ਵਿੱਚ ਫੈਸਲਾ ਅਸੀਂ ਨਹੀਂ ਦੇਣਾ, ਸਟੂਡੈਂਟ ਵੀਜ਼ਾ ਦਾ ਫੈਸਲਾ ਜਿਹੜਾ ਉਹ ਅੰਬੈਸੀ ਨੇ ਦੇਣਾ। ਦੂਜੀ ਚੀਜ਼ ਜਿਹੜੀ ਇੰਪੋਰਟੈਂਟ ਰਣਬੀਰ ਜੀ ਨੇ ਪੁੱਛੀ, ਜਿਹੜੇ ਬੱਚੇ ਆਇਲਸ ਕਰ ਰਹੇ ਨੇ, ਜਿਨ੍ਹਾਂ ਬੱਚਿਆਂ ਨੂੰ ਸ਼ਿਓਰ ਹੈ ਕਿ ਉਹਨਾਂ ਦਾ ਰਿਜ਼ਲਟ ਜੁਲਾਈ ਦੇ ਪਹਿਲੇ 10-12 ਦਿਨ 'ਚ ਆ ਜਾਊਗਾ, ਉਹਨਾਂ ਬੱਚਿਆਂ ਨੂੰ ਅਪਲਾਈ ਕਰ ਲੈਣਾ ਚਾਹੀਦਾ। ਪਰ ਬਸ਼ਰਤੇ ਇੱਕ ਚੀਜ਼ ਧਿਆਨ ਰੱਖਿਓ, ਇਹ ਨਾ ਹੋਵੇ ਕਿ ਆਪਾਂ ਕਾਲਜ ਕੋਰਸ ਜਾਂ ਲੋਕੇਸ਼ਨ ਤੇ ਸਿਰਫ ਇਹਦੇ ਲਈ ਕੰਪਰੋਮਾਈਜ਼ ਕਰ ਲਈਏ ਕਿ ਮੈਂ ਸਪਟੈਂਬਰ ਇਨਟੇਕ ਜਾਣਾ। ਤੁਹਾਡਾ ਜਨਵਰੀ ਲਈ ਵੀ ਕੋਈ ਗੈਪ ਨਹੀਂ ਹੈ, ਮੈਂ ਤਾਂ ਰਣਬੀਰ ਜੀ ਕਈ ਸਾਲ ਤੋਂ ਗੱਲ ਕਹਿੰਦੇ ਆ ਰਹੇ ਹਾਂ, ਤੁਹਾਨੂੰ ਜਨਵਰੀ ਲੱਗਦਾ ਦੂਰ, ਜੇ ਤੁਹਾਡਾ ਜੁਲਾਈ ਐਂਡ 'ਚ ਰਿਜ਼ਲਟ ਆਇਆ, ਅਗਸਤ ਸਪਤੰਬਰ ਅਕਤੂਬਰ ਨਵੰਬਰ ਰਹਿ ਗਏ, ਕੁਛ ਵੀ ਨਹੀਂ ਹੈ, ਜੋ 3-4 ਮਹੀਨੇ ਦਾ ਵਾਧਾ ਹੀ ਹੁੰਦਾ। ਜੇ ਰਿਜ਼ਲਟ ਤੁਹਾਨੂੰ ਚੁਣਿੰਦਾ ਕਾਲਜ, ਰਣਬੀਰ ਜੀ ਮੇਰੀ ਇੱਥੇ ਇੱਕੋ ਰਿਕੁਐਸਟ ਹੈ, ਹਾਲਾਂਕਿ ਮੈਂ ਵੀ ਕੰਡੀਸ਼ਨ ਆਫ ਲੈਟਰ ਕਰ ਰਿਹਾ, ਮੈਂ ਵੀ ਕੱਲ੍ਹ ਸਵੇਰੇ ਰੁਦਰਪੁਰ ਜਾ ਰਿਹਾ, ਸੈਮੀਨਾਰ ਕਰਨ ਨਹੀਂ ਜਾ ਰਿਹਾ, ਸਿਰਫ ਇਹੀ ਮਸਲਿਆਂ 'ਤੇ ਹੈ ਕਿ ਕੰਡੀਸ਼ਨ ਆਫ ਲੈਟਰਸ ਮੰਗਾਉਣੀ ਹੈ ਬੱਚਿਆਂ ਨੇ, ਜੋ ਵੀ ਕਰਨਾ। ਸੋ ਉਹਦੇ 'ਚ ਪੁਆਇੰਟ ਇਹ ਹੈ ਵੀ ਉਹ ਮੰਗਾਇਓ ਤਾਂ ਜੇ ਤੁਹਾਨੂੰ ਤੁਹਾਡਾ ਚੁਣਿੰਦਾ ਕੋਰਸ ਅਤੇ ਲੋਕੇਸ਼ਨ ਮਿਲ ਰਹੀ ਹੋ, ਇਹਦੇ ਕਰਕੇ ਨਾ ਕਰ ਲਿਓ ਕਿ ਮੇਰਾ ਬਸ ਸਪਟੈਂਬਰ ਇਨਟੇਕ ਨਾ ਲੰਘ ਜੇ, ਕਿਉਂਕਿ ਕਈ ਕੰਸਲਟੈਂਟਸ ਨੇ ਇੱਕ ਹਵਾ ਬਣਾਤੀ ਕਿ ਜੇ ਸਪਟੈਂਬਰ 'ਚ ਵੀਜ਼ੇ ਆਉਂਦੇ ਜਨਵਰੀ 'ਚ ਟਾਈਟ ਹੁੰਦੇ, ਸੋ ਇਹੋ ਜਿਹੇ ਟਾਈਟ ਜਾਂ ਖੁੱਲ੍ਹੇ ਵਾਲੇ ਹਾਲਾਤ ਨਹੀਂ ਹੁੰਦੇ ਕਦੀ ਵੀ, ਇਨਟੇਕ ਛੋਟਾ ਹੁੰਦਾ, ਇਨਟੇਕ ਛੋਟਾ ਹੁੰਦਾ, ਜਿਹੜੇ ਕੋਰਸਸ ਨੇ ਅਵੇਲੇਬਲ ਨਹੀਂ ਹੁੰਦੇ, ਬਸ ਇਹ ਇੱਕ ਪ੍ਰੋਬਲਮ ਹੈ। ਪਰ ਤਕਰੀਬਨ ਰਣਬੀਰ ਜੀ, ਪਲੱਸ 2 ਵਾਲਾ ਬੱਚਾ ਉਸ 'ਚ ਮਾਰਕ ਘੱਟ ਖਾਂਦਾ, ਕਿਉਂਕਿ ਪਲੱਸ 2 ਦੇ ਲੈਵਲ ਦੇ ਬੱਚਿਆਂ ਦੇ ਕਾਫੀ ਹੱਦ ਤੱਕ ਅਕਾਊਂਟ ਇਹਦੇ ਬੇਸਿਕਲੀ ਇਲੈਕਟ੍ਰੋਨਿਕ, ਜਿਹੜਾ ਆਪਣਾ IT ਦੇ ਮਕੈਨੀਕਲ ਸਿਵਿਲ ਦੇ ਪ੍ਰੋਗਰਾਮਸ ਕਿਤੇ ਨਾ ਕਿਤੇ ਖੁੱਲੇ ਹੁੰਦੇ ਨੇ। ਸੋ ਤੀਜੀ ਜਿਹੜੀ ਰਣਬੀਰ ਜੀ ਨੇ GIC ਦੀ ਬੇਸਿਕ ਗੱਲ ਕੀਤੀ ਸੀ, ਮੈਂ ਹਾਲਾਂਕਿ ਪਹਿਲਾਂ ਜਨਰਲ ਇਨਫੋਰਮੇਸ਼ਨ ਦਿੱਤੀ ਸੀ, ਕੰਡੀਸ਼ਨਲ ਆਫਰ ਲੈਟਰ ਦਾ ਸਭ ਤੋਂ ਵੱਡਾ ਫਾਇਦਾ ਹੀ GIC ਲਈ ਹੈ।
ਤੁਹਾਡਾ ਪੈਸਾ ਟੈਕਨੀਕਲੀ ਤੁਸੀਂ ਸਾਂਭਣਾ, ਕੰਸਲਟੈਂਟ ਨੂੰ ਕੋਈ ਇਖਤਿਆਰਾਤ ਨਹੀਂ ਹੈਗੇ ਉਸ ਪੈਸੇ ਨੂੰ ਹੱਥ ਲਾਉਣ ਦੇ ਕਿਸੇ ਪੱਖੋਂ ਵੀ। ਦੂਜਾ ਹਰਮੀਤ ਜੀ, ਕਾਲਜਸ ਨੂੰ ਲੈ ਕੇ ਇੱਕ ਬੜੀ ਇੰਪੋਰਟੈਂਟ ਮੈਂ ਪੁਆਇੰਟ ਡਿਸਕਸ ਕਰਨਾ ਚਾਹੁੰਦਾ। ਅੱਜ ਕੱਲ੍ਹ ਕੀ ਹੋ ਰਿਹਾ ਕਿ ਕਾਫੀ ਕਾਲਜਸ ਪੰਜਾਬ 'ਚ ਅਗਰੈਸਿਵ ਨੇ, ਹਰ ਕਾਲਜ ਦਾ ਆਪਾਂ ਨੂੰ ਲੱਗਦਾ ਵੀ ਇਹ ਬੈਨੀਫਿਟ ਹੈ, ਮੈਂ ਇਹਦੇ 'ਚ ਚਲੇ ਜਾਵਾਂ। ਜਿਹਨੂੰ ਕਹਿੰਦੇ ਜਿਹਦੇ ਦੁਕਾਨ 'ਤੇ ਜਾ ਕੇ ਬੈਠੋ ਉਹਦਾ ਹੀ ਸੌਦਾ ਵਧੀਆ ਲੱਗਦਾ ਵੀ ਯਾਰ ਇਹ ਬਹੁਤ ਵਧੀਆ, ਚਾਹੇ ਕੰਸਲਟੈਂਟ ਹੈ ਚਾਹੇ ਕੋਈ ਹੈ, ਉਹ ਲੱਗਦਾ ਕਿ ਯਾਰ ਇਹ ਕਾਲਜ ਮੇਰੇ ਲਈ ਬੈਸਟ ਹੈ। ਪਲੀਜ਼ ਚਾਹੇ ਮੇਰੇ ਦਫ਼ਤਰ 'ਚ ਸੈਮੀਨਾਰ ਹੈ ਜਾਂ ਕਿਸੇ ਹੋਰ ਦੇ ਹੈ, ਇਸ ਲੋਪ 'ਚ ਨਾ ਆਇਓ ਕਿ ਭਾਜੀ ਨੇ ਕਹਿਤਾ ਕਾਲਜ ਬਹੁਤ ਸ਼ਾਨਦਾਰ, ਮੈਂ ਇੱਥੇ ਹੀ ਜਾਣਾ। ਮੈਂ ਹਰ ਮੰਚ 'ਤੇ ਅੱਜ ਕੱਲ੍ਹ ਬੱਬੂ ਮਾਨ ਨੂੰ ਪ੍ਰਮੋਟ ਕਰ ਰਿਹਾ ਕਿ ਵੀ ਗੂਗਲ ਬਾਬੇ 'ਤੇ ਜ਼ਰੂਰ ਮੱਥਾ ਟੇਕੋ ਵੀ ਗੂਗਲ ਬਾਬਾ ਕੀ ਕਹਿੰਦਾ। ਗੂਗਲ 'ਤੇ ਪਲੀਜ਼ ਆਪਣੇ ਕੋਰਸਿਸ ਦੀ ਬੜੀ ਕੇਅਰਫੁਲੀ ਰਿਸਰਚ ਕਰੋ। ਲੈਟਸ ਸੇ ਮੈਂ ਤੁਹਾਨੂੰ ਇੱਕ ਕਾਲਜ ਕਿਹਾ ਵੀ ਤੁਸੀਂ ਐਕਸ ਕਾਲਜ ਚਲ ਜਾਓ, ਇਹ ਵਾਲੇ ਕਾਲਜ ਤੁਸੀਂ ਜਾਂਦੇ ਰਹੋ, ਤੁਸੀਂ ਆਫਰ ਲੈਟਰ ਮੰਗਾ ਲਈ, ਪਰ ਇਹ ਜ਼ਰੂਰ ਸੋਚ ਲਿਓ ਕਿ ਜਿਹੜਾ ਉਹ ਕਾਲਜ ਹੈ ਉਹਦੀ ਲੋਕੇਸ਼ਨ ਕਿੱਥੇ ਹੈ ਚੈੱਕ ਕਰੋ, ਉੱਥੇ ਕੰਮ ਕਿੰਨਾ ਕੁ ਹੈ ਬੱਚਿਆਂ ਨੂੰ, ਜਿਹੜਾ ਪੜ੍ਹਾਈ ਦੇ ਨਾਲ 20 ਘੰਟੇ ਕਰਨਾ ਉਹਦੇ ਦੌਰਾਨ ਹੈ, ਭਾਰਤੀ ਕਿੰਨੇ ਨੇ, ਕਿਸ ਤਰ੍ਹਾਂ ਦਾ ਕਲਚਰ ਹੈ, ਜਿਹੜਾ ਉਹ ਕਾਲਜ ਦਾ ਪਰਟੀਕੁਲਰ ਕੋਰਸ ਹੈ। ਰਮੀਰ ਜੀ ਇੱਕ ਨਾ ਹੁਣ ਬੜੀ ਵੱਡੀ ਦੁਵਿਧਾ ਪੈਦਾ ਹੁੰਦੀ ਬੱਚੇ ਲਈ, ਹਰ ਕਾਲਜ ਲਿਖਦਾ ਰੈਂਕ ਨੰਬਰ 1 ਕਿਸੇ ਨਾ ਕਿਸੇ ਪੈਰਾਮੀਟਰ ਤੇ। ਹੁਣ ਜੇ ਇੱਕ ਕਾਲਜ ਦੀ ਲੈਟਸ ਸੇ ਕਿ ਐਨੀਮੇਸ਼ਨ, ਕਿਹੜਾ ਕਾਲਜ ਹੈ ਜਿਹੜਾ ਆਪਣੇ ਆਪ ਨੂੰ ਇਸ ਪੱਖੋਂ ਪ੍ਰਮੋਟ ਕਰੂਗਾ ਕਿ ਮੈਂ ਡੀ ਗ੍ਰੇਡ ਹਾਂ, ਮੈਂ ਡੀ ਗ੍ਰੇਡ ਹਾਂ। ਸੋ ਇਹ ਸਾਰੇ ਸਰਕਾਰੀ ਕਾਲਜ ਨੇ, ਸਾਰੇ ਕਾਲਜ ਟੈਕਨੀਕਲੀ ਚੰਗੇ ਨੇ, ਬਰਾਬਰ ਨੇ, ਇਹਨਾਂ ਦੇ ਉੱਪਰ ਕੋਈ ਇਸ਼ੂ ਵਾਲੀ ਗੱਲ ਨਹੀਂ ਹੈਗੀ, ਬਟ ਫਿਰ ਵੀ ਲੋਕੇਸ਼ਨ ਕੋਰਸ ਤੇ ਉਹਦੀ ਰੈਪੂਟੇਸ਼ਨ ਉਸ ਪਰਟੀਕੁਲਰ ਕੋਰਸ ਦੀ, ਉਹ ਧਿਆਨ ਰੱਖਣੀ ਬੜੀ ਜ਼ਰੂਰੀ ਹੈ। ਸੋ ਉਸ ਪਰਟੀਕੁਲਰ ਕੋਰਸ ਦੀ ਰੈਪੂਟੇਸ਼ਨ ਧਿਆਨ ਰੱਖਣੀ ਬੜੀ ਜ਼ਰੂਰੀ ਹੈ। ਰਮੇਸ਼ ਜੀ, ਪੰਜਾਬ ਦੇ ਵਿੱਚ ਇੱਕ ਜਿਹੜੀ ਆਪਾਂ ਲਹਿਰ ਨਵੀਂ ਚਲਾਵਾਂਗੇ ਉਹ ਯੂਨੀਵਰਸਿਟੀਜ਼ ਦੀ ਚਲਾਵਾਂਗੇ ਜੀ। ਮੇਰੇ ਕੋਲ ਹੁਣ ਮੈਂ ਯੂਨੀਵਰਸਿਟੀਜ਼ ਪ੍ਰਮੋਟ ਕੀਤੀਆਂ ਪਿਛਲੇ 1.5-2 ਸਾਲ ਤੋਂ, ਆਪਦੇ ਹੱਥ ਪੱਕੇ ਹੋਏ ਵੀ ਨਹੀਂ, ਬੱਚਿਆਂ ਦੇ ਨਤੀਜੇ ਬਹੁਤ ਕਨਵਿੰਸਿੰਗਲੀ ਸਟਰੋਂਗ ਆ ਰਹੇ ਨੇ। ਪੰਜਾਬ ਦੇ ਬੱਚੇ ਨੂੰ ਵੀ $10,000 ਸਕਾਲਰਸ਼ਿਪ ਤੱਕ ਦੀ ਆਫਰ ਹੈਗੀ ਹੈ, ਰਾਈਟ? ਇਹ ਨਹੀਂ ਹੈ, ਇੱਕ ਬੜੀ ਗਲਤ ਧਾਰਨਾ ਬਣਾਤੀ ਕਿ ਸ਼ਾਇਦ ਪੰਜਾਬ ਨੂੰ ਮੈਸੇਜ ਨੈਗੇਟਿਵ ਲੈਂਦੀਆਂ, ਇਹੋ ਜਿਹਾ ਕੁਛ ਨਹੀਂ ਹੈਗਾ ਪੰਜਾਬ ਨਾਲ। ਮੈਂ ਅੱਜ ਕਹਿ ਕੇ ਜਾਣਾ ਕਿ ਲੰਡਨ ਦੇ, ਆਈ ਮੀਨ ਲੰਡਨ ਸ਼ਹਿਰ ਹੈ ਕੈਨੇਡਾ ਦੇ ਵਿੱਚ, ਉਹਦੀ ਰਿਕੁਆਇਰਮੈਂਟ 'ਚ ਕੀ ਫਰਕ ਹੈ? ਪਹਿਲਾ ਸਟੈਪ ਇੱਥੇ ਲੈ ਲਓ। ਹਾਂ ਰਮੀਰ ਜੀ, ਆਪਾਂ ਯੂਨੀਵਰਸਿਟੀ ਵਾਲੇ ਬੱਚੇ ਦੀ ਗੱਲ ਕਰਦੇ ਹਾਂ। ਹੁਣ ਬਹੁਤ ਸਾਰੇ ਬੱਚੇ ਜਿਹੜੇ ਯੂਨੀਵਰਸਿਟੀ ਜਾਣਾ ਚਾਹੁੰਦੇ ਆ, ਜਿਨ੍ਹਾਂ ਦੇ ਮਾਪੇ ਅਫੋਰਡ ਵੀ ਕਰ ਸਕਦੇ ਆ। ਇਹ ਨਹੀਂ ਹੈ ਕਿ ਬੱਚੇ ਅਫੋਰਡ ਨਹੀਂ ਕਰ ਸਕਦੇ, ਯੂਨੀਵਰਸਿਟੀ ਆਫ ਵਾਟਰਲੂ, ਬ੍ਰਿਟਿਸ਼ ਕੋਲੰਬੀਆ, UBC, ਇਹਨਾਂ ਸਭ 'ਚ ਬੱਚੇ ਇੱਥੋਂ ਜਾਂਦੇ ਨੇ। ਬਟ ਦਾ ਪੁਆਇੰਟ ਇਜ਼ ਕਿ ਕੰਸਲਟੈਂਟ ਸਮਝਾਉਣਾ ਨਹੀਂ ਚਾਹੁੰਦਾ, ਕਿਉਂਕਿ ਪ੍ਰੋਸੈਸ ਬਹੁਤ ਲੰਬਾ ਹੈ। ਔਰ ਦੂਜਾ, ਜੇ ਮੈਂ ਹੁਣ ਇੱਕ ਗੱਲ ਕਹਾਂ ਤਾਂ ਸਭ ਨੂੰ ਲੱਗਣਾ ਝਟਕਾ ਦੇ ਰਿਹਾ, ਤਾਂ ਵਿਦਆਊਟ ਟੈਲੈਂਟਸ ਵੀ ਬੱਚਾ ਲੈ ਲੈਂਦੇ ਹਨ, ਪਰ ਰਣਵੀਰ ਜੀ ਦਾ ਪੁਆਇੰਟ ਸੀ ਕਿਹੜੇ ਨੂੰ? ਹੁਣ ਜਿੱਦਾਂ ਇੱਕ ਕਿੰਗਸ ਕਾਲਜ ਮੈਂ ਅੱਜ ਕੱਲ੍ਹ ਪ੍ਰਮੋਟ ਕਰ ਰਿਹਾ, ਉਹਦੇ ਸੈਮੀਨਾਰ ਬੜੇ ਵੱਡੇ ਲੈਵਲ ਤੇ ਕਰਨ ਜਾ ਰਹੇ ਹਾਂ। ਉਹ ਜਿਹੜਾ ਕਾਲਜ ਹੈ ਬੇਸਿਕਲੀ ਕੈਨੇਡਾ ਦੇ ਟੌਪ 20 ਸਕੂਲਸ ਦੇ ਵਿੱਚੋਂ ਆਉਂਦਾ, ਟੌਪ ਬਿਜ਼ਨਸ ਸਕੂਲਸ 'ਚੋਂ ਆਉਂਦਾ। $25,000 ਦੀ ਸਾਲਾਨਾ ਫੀਸ ਹੈ, ਰਾਈਟ? 4 ਸਾਲ ਦਾ ਪ੍ਰੋਗਰਾਮ ਹੈ, ਔਰ ਉਹ ਜਿਹੜੇ ਪ੍ਰੋਗਰਾਮ ਨੇ ਰਣਵੀਰ ਜੀ ਯੂਨੀਵਰਸਿਟੀ ਦੇ, ਸਟੱਡੀ ਸਟੱਡੀ ਵਰਕ, ਸਟੱਡੀ ਸਟੱਡੀ ਵਰਕ, ਸਟੱਡੀ ਸਟੱਡੀ ਵਰਕ, ਉਹਨਾਂ ਨੇ ਹਰ ਵਾਰੀ ਤੁਹਾਨੂੰ 4 ਮਹੀਨੇ ਕੰਮ ਲਵਾਉਣਾ। ਸੋ ਜੇ ਤੁਸੀਂ ਟੌਪ 5 ਜਿਹੜੀਆਂ ਯੂਨੀਵਰਸਿਟੀਆਂ 'ਚੋਂ ਯੂਨੀਵਰਸਿਟੀ ਜਾਂ ਕਾਲਜ ਆਉਂਦਾ ਹੈ, ਉਹਦੀ ਇੰਟਰਨਸ਼ਿਪ ਕੀਤੀ ਹੈ, ਉੱਥੋਂ ਪੜ੍ਹੇ ਹੋ, ਤਾਂ ਮੇਰਾ ਖਿਆਲ ਫਿਊਚਰ ਦੀ ਇੱਕ ਵੱਖਰੀ ਡਾਇਰੈਕਸ਼ਨ ਹੋਣੀ ਹੈ। ਯੂਨੀਵਰਸਿਟੀ ਆਫ ਵਾਟਰਲੂ ਦੇ ਨੁਮਾਇੰਦਿਆਂ ਨਾਲ ਬੈਠਾ ਸੀ, ਐਵਰੇਜ ਜਿਹੜੀ ਸੈਲਰੀ ਬੱਚੇ ਦੀ ਸਟਾਰਟ ਹੈ ਪਰਟੀਕੁਲਰ ਡਿਪਾਰਟਮੈਂਟਸ ਦੀ $60,000-$70,000 ਤੋਂ ਸ਼ੁਰੂ ਨੇ। ਇਹੋ ਜਿਹੀਆਂ ਯੂਨੀਵਰਸਿਟੀਆਂ ਨੇ ਜਿਨ੍ਹਾਂ ਦੇ ਪਾਥਵੇ, ਜਿਹੜੇ ਮੈਂ ਕਾਲਜ ਦੀ ਗੱਲ ਕਰ ਰਿਹਾ, ਫਸਟ ਈਅਰ ਸੈਕਿੰਡ ਈਅਰ ਤੁਸੀਂ BBA ਕਰ ਲਓ, ਥਰਡ ਈਅਰ ਤੁਸੀਂ ਰਿਚਰਡ ਆਈਵੀ ਸਕੂਲ ਆਫ ਬਿਜ਼ਨਸ ਜਾ ਸਕਦੇ ਹੋ। ਵੈਸੇ ਵੀ ਆਪਾਂ ਕਿਸੇ ਵੀ ਦੇਸ਼ ਦੀ ਗੱਲ ਕਰਦੇ ਹਾਂ, ਜਦੋਂ ਗ੍ਰੈਜੂਏਟ ਕੀਤੇ ਬੱਚਾ ਸਾਨੂੰ ਮਿਲਦਾ, ਕਿਸੇ ਵੀ ਗੋਰੇ ਨੂੰ ਜਦੋਂ ਸਾਡਾ ਬੱਚਾ ਮਿਲੂਗਾ, ਤਾਂ ਜੋਬ ਦੀ ਜਿਹੜੀ ਓਪਰਚੁਨਿਟੀਜ਼ ਹੈਗੀ ਹੈ ਪ੍ਰਾਇੋਰਟੀ ਪਹਿਲ ਹੋਊਗੀ, ਜੋਬ ਜਿਹੜੀ ਹੈਗੀ ਹੈ ਜੋਬ ਇੱਕ ਚੰਗੇ ਲੈਵਲਸ ਦੀ ਹੋਊਗੀ, ਬਿਲਕੁਲ, ਚੰਗੀਆਂ ਜਿਹੜੀਆਂ ਇੰਸਟੀਟਿਊਸ਼ਨ ਨੇ ਉੱਥੇ ਜੋਬਸ ਹੋਣਗੀਆਂ। ਸੋ ਬੈਨੀਫਿਟ ਤਾਂ ਹੈ ਹੀ ਨੇ। ਜਿਹੜੀ ਨਵਨੀਤ ਜੀ ਗੱਲ ਕਰ ਰਹੇ ਨੇ, ਬਿਲਕੁਲ ਠੀਕ ਹੈ, ਕਿਸ ਲਈ ਹੈ, ਕੌਣ ਜਾ ਸਕਦਾ ਹੈ? ਮੇਰੇ ਖਿਆਲ ਅਫੋਰਡੇਬਿਲਟੀ ਜਿਹੜੀ ਹੈਗੀ ਸਭ ਤੋਂ ਵੱਡਾ ਪੁਆਇੰਟ ਹੈ ਜੀ। ਅਫੋਰਡੇਬਿਲਟੀ ਦੇ ਨਾਲ ਨਾਲ ਜਿਹੜੀ ਹੈਗੀ ਹੈ ਬੰਦੇ ਦੀ ਕੰਡੀਸ਼ਨਸ, ਬੱਚਾ ਪੂਰਾ ਕਰਦਾ ਹੈ ਕਿ ਨਹੀਂ ਕਰਦਾ, ਐਕਸੈਪਟੇਬਿਲਟੀ ਹੈ। 85-90% ਜਾਂ 80% ਤੋਂ ਥੱਲੇ ਵਾਲਾ ਬੱਚਾ ਤਾਂ ਭੁੱਲ ਜੇ ਕਿ ਉਹਨਾਂ ਯੂਨੀਵਰਸਿਟੀਆਂ 'ਚ ਪੜ੍ਹ ਸਕਦਾ, ਜਿਹਦੇ ਅੰਗਰੇਜ਼ੀ 'ਚ 90 ਨੰਬਰ ਤੋਂ ਘੱਟ ਨੇ, 85 ਤੋਂ ਘੱਟ ਨੇ, ਉਹ ਭੁੱਲ ਜਾਵੇ, ਕਿਉਂਕਿ ਵਿੱਦਿਆ ਦਾ ਲੈਵਲ ਇੰਨਾ ਉੱਚਾ ਚਲੇ ਜਾਣਾ। ਸੋ ਉਹਨਾਂ ਦੀਆਂ ਵੀ ਹਾਲੇ ਸਪਟੈਂਬਰ ਇਨਟੇਕ ਅਵੇਲੇਬਲ ਹੈ। ਮੈਂ ਮੁੱਦਾ ਤਾਂ ਛੇੜਿਆ ਕਿ $10,000 ਸਕਾਲਰਸ਼ਿਪ ਤੱਕ ਦੇ ਪ੍ਰੋਗਰਾਮਸ ਨੇ, ਪਰ ਉਹ ਕਿੰਨਾ ਲਈ ਨੇ ਜਿਹੜੇ 85-90% ਵਾਲੇ ਨੇ, ਔਰ ਜਿਨ੍ਹਾਂ ਦੇ ਮਾਪੇ $25,000 ਸਾਲਾਨਾ ਫੀਸ ਅਫੋਰਡ ਕਰ ਸਕਦੇ। ਇਸੇ ਤਰ੍ਹਾਂ ਮੈਂ ਇਹ ਜਿਹੜਾ ਹੁਣ ਲੋਟ ਨਿਕਲਿਆ, ਜਿਹੜੇ ਬੱਚੇ ਪਾਸ ਹੋਏ ਨੇ, ਚਲੋ ਜਿਹੜੇ ਪਹਿਲੇ ਗਏ ਨੇ ਪਹੁੰਚ ਗਏ, ਜਾਂ ਜਿਹੜੇ ਹਲੇ ਇੱਥੇ ਪੰਜਾਬ ਦੇ ਵਿੱਚ ਬੈਠੇ ਨੇ, ਕੈਨੇਡਾ ਨਹੀਂ ਜਾ ਪਾਏ, ਉਹਨਾਂ ਦਾ ਟਰਾਈਆਂ ਲੈ ਲਈਆਂ, ਕਿਸੇ ਨੇ ਨਿਊਜ਼ੀਲੈਂਡ ਅਪਲਾਈ ਕਰਕੇ ਦੇਖ ਲਿਆ, ਕਿਸੇ ਨੇ ਆਸਟ੍ਰੇਲੀਆ ਕਰਕੇ ਦੇਖ ਲਿਆ, ਰਿਜੈਕਟ ਹੋ ਗਿਆ, ਕੋਈ ਪਹੁੰਚ ਗਏ, ਕੁਛ ਹੋਇਆ, ਪਰ ਜਿਹੜੇ ਹੁਣ ਨਿਕਲੇ ਨੇ ਜਿਨ੍ਹਾਂ ਦਾ ਸੁਪਨਾ ਟੁੱਟ ਗਿਆ ਕੈਨੇਡਾ ਦਾ, ਬਲ ਬਾਰਡਰ ਹੈਗਾ, ਕੈਨੇਡਾ ਕਦੇ ਵੀ ਜਾ ਸਕਦੇ ਨੇ ਜ਼ਿੰਦਗੀ ਦੇ ਵਿੱਚ, ਬਿਲਕੁਲ, ਆਪਸ ਦੇ ਵਿੱਚ ਕਾਫੀ ਸਾਰੀਆਂ ਸੰਧੀਆਂ ਨੇ USA ਤੇ ਕੈਨੇਡਾ ਦੀਆਂ। ਸੋ ਉਹਨਾਂ ਲਈ ਇਹ ਹੈ ਕਿ ਉਹ ਜਦੋਂ ਐਲੀਜੀਬਿਲਟੀ ਨਹੀਂ ਬਣ ਰਹੀ ਕੈਨੇਡਾ ਦੀ ਅਪਲਾਈ ਕਰਨੀ, ਜਿਹੜੀ ਅੱਜ ਕੱਲ USA ਦੀ ਐਡ ਚੱਲ ਰਹੀ ਨੂੰ ਐਕਚੁਅਲ ਇਹਨਾਂ ਬੱਚਿਆਂ ਲਈ ਹੋਣੀ ਚਾਹੀਦੀ, ਜਿਹੜੀ ਆਪਾਂ USA ਦੀ ਐਡ ਲਾਈ ਹੋਈ ਹੈ ਵਿਦਆਊਟ ਟੈਲੈਂਟਸ USA ਜਾਏ,
ਉਹੀ ਗੱਲ ਆ ਗਈ ਜਿਵੇਂ ਮੈਂ ਐਡ ਲਾਦਾ ਵਿਦਆਊਟ ਐਨਟਸ ਕੈਨੇਡਾ, ਠੀਕ ਹੈ, ਯੂਨੀਵਰਸਿਟੀ ਲੈਂਦੀ ਪਰ ਕਿਹਨੂੰ ਲੈਂਦੀ ਹੈ? ਇਹ ਤਾਂ ਅੰਡਰਸਟੈਂਡ ਕਰ ਲਓ, ਲੈਂਦੀ ਹੈ। ਮੈਂ ਟੈਕਨੀਕਲੀ ਬਿਲਕੁਲ ਠੀਕ ਹੈ, ਵਿਦਆਊਟ ਐਨਟਸ ਕੈਨੇਡਾ ਜਾਓ, ਸਾਰੇ ਬੈਂਡ ਵਾਲੇ ਬਰਾਬਰ ਬੱਚੇ ਜਾਂ 8 ਬੈਂਡ ਵਾਲੇ ਬਰਾਬਰ ਜਿਹਦੇ ਤੇ ਆ ਜਾਂਦੇ ਨੇ। ਸੋ ਯੂਐਸਏ ਜਿਹੜਾ ਪ੍ਰੈਡੋਮੀਨੈਂਟਲੀ ਹੈ ਨਾ ਰਣਵੀਰ ਜੀ, ਉਹ ਹੈਗਾ ਹੀ ਇਹਨਾਂ ਬੱਚਿਆਂ ਲਈ ਸੀਗਾ ਜਿਹੜੇ 14-15 ਪਾਸ ਆਊਟ ਨੇ, ਜਿਨ੍ਹਾਂ ਦੇ 5.5-6 ਬੈਂਡ ਆ, ਜਾਂ ਇੱਕ ਸਬਜੈਕਟ 'ਚ ਮਾਰਕਸ ਘੱਟ ਰਹਿ ਗਏ ਜਾਂ ਇੱਕ ਮੋਡਿਊਲ 'ਚ ਘੱਟ ਰਹਿ ਗਏ। ਇਹਨਾਂ ਬੱਚਿਆਂ ਦਾ ਮੈਂ ਯੂਐਸ ਦਾ ਬਹੁਤ ਸਟਰੋਂਗ ਵੀਜ਼ਾ ਚਾਂਸ ਦੇਖਦਾ, ਵੀਜ਼ਾ ਚਾਂਸ ਯੂਐਸ। ਹਰ ਬੰਦਾ ਰਣਵੀਰ ਜੀ ਕੀ ਕਰੂਗਾ, 10 ਬੱਚਿਆਂ ਦੇ ਵੀਜ਼ੇ ਦੀ ਫੋਟੋ ਲਾ ਦੇਗਾ, ਮੈਂ ਵੀ ਲਾ ਸਕਦਾ, ਜਿਹੜੇ 100 ਰਿਜੈਕਟ ਉਹ ਦਿਖਾਉਂਦਾ ਨੇ। ਯੂਐਸ ਇੱਕ ਬੜੇ ਵੱਡੇ ਲੈਵਲ ਤੇ ਰਿਜੈਕਸ਼ਨ ਕਰਦਾ ਕਿਉਂਕਿ ਇੰਟਰਵਿਊਜ਼ ਲੈਂਦਾ 3 ਮਿੰਟ ਤੋਂ ਲੈ ਕੇ 5 ਮਿੰਟ 7 ਮਿੰਟ ਦਾ ਸਮੇਂ ਹੁੰਦਾ ਨੋਰਮਲੀ ਇੰਟਰਵਿਊ ਦਾ। ਉਹਦੇ 'ਚ ਫੈਸਲਾ ਹੁੰਦਾ ਵੀ ਤੁਸੀਂ ਜਾਓਗੇ ਕਿ ਨਹੀਂ ਜਾਓਗੇ। ਉੱਥੇ ਬੜੀ ਵੱਡੀ ਚੀਜ਼ ਆਉਂਦੀ ਤੁਹਾਡੇ ਕੋਲ, I-20 ਕਿਹਦਾ ਹੈ, ਉਹ I-20 ਵਾਲੀ ਯੂਨੀਵਰਸਿਟੀ ਜਿਹੜੀ ਹੈ ਤੁਹਾਡਾ ਪ੍ਰੋਵਾਈਡਰ ਹੈ, ਉਹਦੀ ਕੀ ਵੈਲਿਊ ਹੈ, ਕੀ ਰੈਂਕਿੰਗ ਹੈ, ਤੁਸੀਂ ਕਿਹੜੇ ਸ਼ਹਿਰ ਜਾ ਰਹੇ ਹੋ, ਕਿਹੜੇ ਸ਼ਹਿਰ 'ਚ ਕਿਹੜੇ ਕਾਲਜ 'ਚ ਕਿੰਨੇ ਬੱਚੇ ਪੰਜਾਬ ਤੋਂ ਜਾ ਰਹੇ ਹੈ, ਇਹ ਵੀ ਚੀਜ਼ਾਂ ਰਣਵੀਰ ਜੀ ਮੋਨੀਟਰ ਹੋ ਜਾਂਦੀਆਂ ਨੇ ਕਿ ਇੱਕੋ ਕਾਲਜ 'ਚ ਸਾਰੇ ਬੱਚੇ ਕਿਉਂ ਜਾ ਰਹੇ ਹੈ। ਮੇਰਾ ਇੱਕ ਸਵਾਲ ਹੈ ਇੱਥੇ ਜਿਹੜਾ ਮੈਂ ਕਈ ਵਾਰ ਇਸ ਮੰਚ ਤੋਂ ਪੁੱਛ ਚੁੱਕਿਆ, ਤੁਹਾਨੂੰ ਵੀ ਪੁੱਛੂਗਾ ਕਿ ਇਹ ਵਕਤੀ ਸਮੇਂ ਦੇ ਨਾਲ ਐਡਵਰਟਾਈਜ਼ਮੈਂਟ ਬਦਲਦੀ ਹੈ ਯੂਐਸਏ ਦੀ, ਯੂਐਸਏ ਨੂੰ ਸੀਰੀਅਸਲੀ ਕਿਉਂ ਨਹੀਂ ਕੀਤਾ ਜਾ ਰਿਹਾ ਪੰਜਾਬ ਦੇ ਵਿੱਚ? ਰਣਵੀਰ ਜੀ ਯੂਐਸਏ ਨਹੀਂ ਮਿਲਦੀ, ਮੈਂ ਨੰਗਾ ਹੋ ਕੇ ਪੁੱਛਦਾ, ਮੈਂ ਪੁੱਛ ਦਿੰਦਾ ਜੀ ਕਾਰਨ ਇਹ ਹੈ ਕਿ ਜਦੋਂ ਮੇਰੇ ਵਰਗੇ ਕੋਲ ਕੋਈ ਆਉਂਦਾ ਵੀ ਯੂਐਸਏ ਦਾ ਭਾਜੀ ਫਲਾਣੀ ਯੂਨੀਵਰਸਿਟੀ ਜਾਣਾ, ਮੈਂ ਤਾਂ ਫਿਰ ਡੀਲ ਕਰ ਲੈਂਦਾ ਵੀ ਮੈਂ ਤੈਨੂੰ ਚਾਰਜ ਕਰਾਂਗਾ, ਇੱਕ ਤਾਂ ਕਮਿਸ਼ਨ ਨਹੀਂ ਮਿਲਦੀ, ਦੂਜਾ ਜਿਹੜਾ ਯੂਐਸਏ ਦੇ ਚੰਗੀ ਯੂਨੀਵਰਸਿਟੀ ਹੈ ਰਣਵੀਰ ਜੀ, ਉਹ ਜਿਹਨੂੰ ਪੰਜਾਬੀ ਕਹਿੰਦੇ ਰਾਟਾਂ ਖੜਾਉਂਦਾ I-20 ਦੇਣ ਤੋਂ ਪਹਿਲਾਂ। ਅਸੀਂ ਯੂਐਸਏ ਜਦੋਂ ਡੀਲ ਕਰਦੇ ਆ ਰਹੇ ਹਾਂ, ਮੇਰੇ ਆਪਣੇ ਮਿੱਤਰ ਸੱਜਣ ਬਹੁਤ ਯੂਐਸਏ ਪੜ੍ਹੇ ਆ, ਸੋ ਯੂਐਸ ਦਾ ਤਜਰਬਾ ਸ਼ਾਇਦ ਪਰਸਨਲੀ ਮੈਨੂੰ ਸਭ ਤੋਂ ਵੱਧ ਹੈ ਕਿ ਮੈਂ ਆਪ ਦੀ ਉਮਰ 'ਚ ਵੀ ਸੈਟ ਦਾ ਐਗਜ਼ਾਮ ਲਿੱਤਾ ਸੀਗਾ, ਸੋ ਉਹ ਮੈਨੂੰ ਪਰਸਨਲ ਲੈਵਲ ਤੇ ਯੂਐਸਏ ਦਾ ਤਜਰਬਾ ਬਹੁਤ ਹੈ। ਬਟ ਸਵਾਲ ਇਹ ਹੈ ਵੀ ਜਦੋਂ ਆਪਾਂ ਇੱਕ I-20 ਲੈਣਾ ਹੁੰਦਾ ਪੰਜਾਬ 'ਚ, ਤਾਂ I-20 ਦਾ ਮਜ਼ਾਕ ਬਣਾਇਆ ਹੋਇਆ ਵੀ ਵਿਦਆਊਟ ਆਈਲੈਟਸ ਮਿਲ ਰਹੀ ਹੈ। ਅਸੀਂ ਮੈਨੂੰ ਅੱਜ ਤੱਕ ਯਾਦ ਆ, ਅੱਜ ਵੀ ਕਲਾਇੰਟ ਆਉਂਦਾ ਉਹਦੀ 4 ਤੋਂ 5 ਯੂਨੀਵਰਸਿਟੀ 'ਚ ਅਪਲਾਈ ਕਰੇਦਾ, 2 ਤੋਂ I-20 ਜਾਂ 3 ਤੋਂ I-20 ਆਉਂਦਾ, ਉਹ ਦਸਤਾਵੇਜ਼ ਲੈ ਕੇ ਮੁੜ ਕੇ ਅੰਬੈਸੀ ਕੋਲ ਵੀ ਡਾਕੂਮੈਂਟਸ ਚਾਹੀਦਾ ਕਿ ਮੈਂ ਆਹ ਰਿਸਰਚ ਕੀਤੀ। ਰਮੀਰ ਜੀ ਜੇ ਵੀਜ਼ਾ ਅਫਸਰ ਇੱਕ ਸਵਾਲ ਪੁੱਛੇ ਵੀ ਕਾਕਾ ਬੱਲੀ ਤੂੰ ਪੰਜਾਬ ਚੋਂ ਨਿਕਲ ਕੇ ਯੂਐਸਏ ਚੱਲਣ, ਤੂੰ ਕੀ ਰਿਸਰਚ ਕੀਤੀ ਹੈ? ਸਿਰਫ ਇਹ ਕਹਿ ਦੋ ਕਿ ਇਟ ਇਜ਼ ਅ ਡਿਵੈਲਪਡ ਕੰਟਰੀ, ਮੈਂ ਉੱਥੇ ਪੜ੍ਹ ਲੂੰਗਾ ਜੀ, ਫਿਰ ਮੈਂ ਪੜ੍ਹ ਕੇ ਇੰਡੀਆ 'ਚ ਨੌਕਰੀ ਕਰ ਲੂੰਗਾ। ਮੈਂ ਕਈ ਵਾਰੀ ਸ਼ੋਅ ਤੇ ਕਈ ਸਾਲਾਂ ਤੋਂ ਇੱਕ ਡਾਇਲੋਗ ਮਾਰਦਾ ਆ ਰਿਹਾ ਕਿ ਜਿਹੜਾ ਹੁੰਦਾ ਨਾ ਵੀਜ਼ਾ ਅਫਸਰ, ਉਹ ਸਾਡਾ ਮਾਂ ਬਾਪ ਦਾਦੇ ਵਾਂਗੂ ਹੈ। ਤੁਸੀਂ ਦਿਨ ਦੀ ਇੱਕ ਫਾਈਲ ਲਾ ਰਹੇ ਹੋ ਆਪਣੀ ਜ਼ਿੰਦਗੀ ਦੀ, ਮੈਂ ਐਜ਼ ਅ ਕੰਸਲਟੈਂਟ ਦਿਨ ਦੀ ਇੱਕ ਫਾਈਲ ਲਾ ਰਿਹਾ, ਰਾਈਟ, ਜਾਂ ਦਿਨ ਦੀਆਂ 2 ਫਾਈਲਾਂ ਲਾ ਰਿਹਾ। ਜਿਹੜਾ ਵੀਜ਼ਾ ਅਫਸਰ ਬੈਠਾ ਉਹ ਦਿਨ ਦੀਆਂ ਮੇਰੇ ਵਰਗੀਆਂ ਸ਼ਾਇਦ 40 ਫਾਈਲਾਂ ਦੇਖਦਾ, ਤੇ ਉੱਥੇ ਉਹ ਜੇ 40 ਫਾਈਲਾਂ ਆਉਂਦੀਆਂ ਨੇ। ਇਹ ਨਾ ਸੋਚੋ ਕਿ ਆਪਾਂ ਆਪਣੇ ਘਰੋਂ ਉੱਠੇ, ਅੱਜ ਮੇਰੇ ਏਜੰਟ ਨੇ ਸਕੀਮ ਦੱਸਤੀ, ਆਪਾਂ ਇਹ ਸਕੀਮ ਦਾ ਕੇ ਅੰਬੈਸੀ ਦਾ ਬੇਵਕੂਫ ਬਣਾ ਲਾਂਗੇ। ਅੰਬੈਸੀ ਬੇਵਕੂਫ ਨਹੀਂ ਬਣਾਉਂਦੀ, ਚਾਹੇ ਆਸਟ੍ਰੇਲੀਆ ਦੀ ਐਗਜ਼ਾਮਪਲ ਲੈ ਲਓ ਲੇਟੈਸਟ ਜੋ ਹੋ ਰਿਹਾ, ਚਾਹੇ ਨਿਊਜ਼ੀਲੈਂਡ ਨੂੰ ਲੈ ਲਓ, ਕਿਤੇ ਨਾ ਕਿਤੇ ਨਕੇਲ ਪਈ ਹੈ ਜੀ। ਨਵੀਂ ਜੀ ਇਸ ਵਕਤ ਜਿਹੜੇ ਬੱਚੇ ਪਾਸ ਹੋਏ ਨੇ ਜਿਨ੍ਹਾਂ ਦਾ ਮੁੱਦਾ ਹੀ ਕੈਨੇਡਾ ਨਹੀਂ ਹੈ, ਆਸਟ੍ਰੇਲੀਆ ਨਹੀਂ ਹੈ, ਯੂਐਸਏ ਨਹੀਂ ਹੈ, ਜਿਨ੍ਹਾਂ ਦੇ ਦੋਸਤ ਮਿੱਤਰ ਪਹੁੰਚ ਗਏ ਜਾਂ ਜਿਨ੍ਹਾਂ ਨੂੰ ਫੀਡਬੈਕ ਅੱਛੀ ਮਿਲੀ, ਜਿਨ੍ਹਾਂ ਨੂੰ ਇਸ ਸ਼ੋਅ ਤੋਂ ਲਾ ਲਓ, ਤੁਹਾਡੀਆਂ ਡਾਕੂਮੈਂਟਰੀਜ਼ ਤੋਂ ਲਾ ਲਓ, ਯੂਟਿਊਬ ਤੋਂ ਲਾ ਲਓ, ਨੈੱਟ ਤੋਂ ਲਾ ਲਓ, ਜਾਂ ਸਾਡੇ ਹੋਰ ਜਿਹੜੇ ਐਕਸਪਰਟਸ ਨਿਊਜ਼ੀਲੈਂਡ ਨੂੰ ਪ੍ਰਮੋਟ ਕਰ ਰਹੇ ਨੇ ਉਹਨਾਂ ਤੋਂ ਲਾ ਲਓ, ਜਾਂ ਪਰਮ ਜੀ ਕਾਫੀ ਵੱਡੇ ਪੱਧਰ 'ਤੇ ਮੁਹਿੰਮ ਚਲਾ ਰਹੇ ਨੇ ਪੰਜਾਬ ਦੇ ਵਿੱਚ, ਜਾਂ ਜਿਹੜੇ ਉੱਧਰ ਪਹੁੰਚ ਗਏ ਉਹਨਾਂ ਦੀ ਫੀਡਬੈਕ ਤੋਂ ਲਾ ਲਓ, ਕਿਸੇ ਵੀ ਤਰ੍ਹਾਂ ਲਾ ਲਓ, ਮਨ ਬਣ ਗਿਆ ਕਿ ਨਿਊਜ਼ੀਲੈਂਡ ਜਾਣਾ। ਥੋੜ੍ਹੀ ਜਿਹੀ ਨਿਰਾਸ਼ਾ ਦੇ ਵਿੱਚ ਨੇ 1-2 ਮਹੀਨਿਆਂ ਤੋਂ, ਬਿਲਕੁਲ ਵੀਜ਼ਾ ਜਨੂਨ ਲੈ ਕੇ ਡਰ ਹੈ, ਟਾਰਗੇਟ ਨਿਊਜ਼ੀਲੈਂਡ ਹੀ ਹੈ, ਬਤਾ ਰਹੇ ਨੂੰ ਕਿ ਖੂਬਸੂਰਤ ਦੇਸ਼ ਹੈ, PR ਬੜੀ ਜਲਦੀ ਮਿਲਦੀ ਹੈ, ਪਰ ਥੋੜ੍ਹਾ ਜਿਹਾ ਡਰ ਬੈਠ ਗਿਆ ਅੱਜ ਪੰਜਾਬ ਦੇ ਵਿੱਚ ਕਿ ਹੁਣ ਅਪਲਾਈ ਕਰੀਏ ਨਾ ਕਰੀਏ, ਕਿਸ ਗੱਲ ਦਾ ਖਿਆਲ ਰੱਖੀਏ, ਬਦਲ ਦੇ ਰੂਪ ਕੀ ਕਹਿ ਰਹੇ ਨੇ? ਡਰ ਜੈਨੂਇਨ ਹੈ, ਡਰ ਕੋਈ ਝੂਠਾ ਨਹੀਂ ਹੈ, ਪਰ ਇਹ ਨਹੀਂ ਹੈ ਕਿ ਬੰਦ ਹੋ ਗਿਆ ਜਾਂ ਇਹੋ ਜਿਹੀ ਕੁਛ ਗੱਲ ਹੈ। ਹੋਇਆ ਕਿ ਰਣਵੀਰ ਜੀ, ਕੁਛ ਲੋਕਾਂ ਨੇ ਨਾ ਹੁਣ ਨਿਊਜ਼ੀਲੈਂਡ ਆਸਟ੍ਰੇਲੀਆ ਦੀ ਗੱਲ ਕਰਨੀ ਬੰਦ ਕਰਤੀ, ਕੱਲੀ ਯੂਐਸਏ ਦੀ ਗੱਲ ਕਰ ਲਈ, ਕਿਸੇ ਨੇ ਕੱਲੀ ਕੈਨੇਡਾ ਦੀ ਗੱਲ ਕਰ ਲਈ, ਲੱਗਦਾ ਬੱਚੇ ਨੂੰ ਵੀ ਸ਼ਾਇਦ ਇਹ ਮੁਲਕ ਬੰਦ ਹੋ ਗਏ। ਨਿਊਜ਼ੀਲੈਂਡ ਦੇ ਵਿੱਚ ਕੁਛ ਬੱਚਿਆਂ ਨਾਲ ਧੱਕਾ ਹੋਇਆ, ਮੈਂ ਇੱਥੋਂ ਹੀ ਪ੍ਰੋਗਰਾਮ ਦਾ ਸਟਾਰਟ ਜਾਂ ਨਿਊਜ਼ੀਲੈਂਡ ਦਾ ਸਟਾਰਟ ਕਰਾਂਗਾ, ਮੇਰੇ ਦਫ਼ਤਰ 'ਚ ਵੀ ਧੱਕਾ ਹੋਇਆ, ਹੋਰ ਲੋਕਾਂ ਦੇ ਕੰਸਲਟੈਂਟਸ ਦੇ ਦਫ਼ਤਰਾਂ 'ਚ ਵੀ ਧੱਕਾ ਹੋਇਆ, ਉਹਨਾਂ ਕੇਸਾਂ ਨੂੰ ਅਸੀਂ ਨਜਿੱਠਾਂਗੇ, ਉਹਨਾਂ ਕੇਸਾਂ ਨੂੰ ਅਸੀਂ ਅੱਗੇ ਲੈ ਕੇ ਚੱਲਾਂਗੇ। ਬਟ ਸਵਾਲ ਹੈ ਵੀ ਜਿਹੜਾ ਅੱਗੇ ਜਾਣਾ ਚਾਹੁੰਦਾ, ਉਹਨਾਂ ਨੇ 2-3 ਪੈਰਾਮੀਟਰਸ ਬੜੇ ਧਿਆਨ ਨਾਲ ਅੰਡਰਸਟੈਂਡ ਕਰਨੇ ਆ। ਤੁਸੀਂ ਕੀ ਪੜ੍ਹਨ ਚੱਲੇ ਹੋ, ਕਾਹਦੀ ਪੜ੍ਹਾਈ ਕਰਨ ਚੱਲੇ ਹੋ, ਇਹਦੀ ਸੰਪੂਰਨ ਜਾਣਕਾਰੀ ਹੋਣੀ ਚਾਹੀਦੀ, ਪਹਿਲਾਂ ਵੀ ਹੁੰਦੀ ਸੀ, ਕਹੋਗੇ ਨਵੀਂ ਗੱਲ ਦੱਸ ਕੋਈ, ਇਹਦੇ ਉੱਪਰ ਠੋਕ ਵਜਾ ਕੇ ਹੋਰ ਟੈਸਟਿੰਗ ਕੀਤੀ ਜਾਏਗੀ। ਪੈਸੇ ਜਿਹੜੇ ਨਾਲ ਚੱਲੇ ਹੋ, ਚਾਹੇ ਉਹ FTS ਰੂਪ 'ਚ ਨੇ, ਚਾਹੇ ਉਹ ਬਗੈਰ FTS ਦੇ ਨੇ, ਉਹ ਕਿੱਥੋਂ ਆਏ, ਉਹ ਜਾਣਨਾ ਕਿਉਂ ਚਾਹੁੰਦੇ ਰਣਵੀਰ ਜੀ? ਆਪਾਂ ਨੂੰ ਪਤਾ ਪੰਜਾਬ ਦੇ ਵਿੱਚ ਨਿਊਜ਼ੀਲੈਂਡ ਤੱਕ ਦੇ ਪੈਕੇਜ ਹੋਣੇ ਸ਼ੁਰੂ ਹੋ ਗਏ ਸੀ, ਪੰਜਾਬ ਦੇ ਵਿੱਚ ਕੀ ਲੋਕਾਂ ਨੇ FTS ਦੇ ਨਾਮ ਤੇ ਲੁੱਟਖੋ ਕੀਤੀ ਆ, ਉਹ ਸਰ ਇਨਸਾਨ ਸਮਝਦਾ। ਸੋ ਉਹਨਾਂ ਨੇ ਅੱਜ ਕਿਹਾ ਵੀ ਓਕੇ FTS ਜਾਣਾ ਚਾਹ ਰਹੇ ਆ, ਕਿੱਥੋਂ ਪੈਸਾ ਆ ਰਿਹਾ, ਜ਼ਮੀਨ ਵੇਚੀ ਹੈ, ਕੀ ਵੇਚਿਆ, ਜਾਂ ਆਮਦਨ ਕੀ ਹੈ, ਜੇ ਫਾਰਮ ਕਿੰਨੇ ਨੇ। ਤੀਜੀ ਚੀਜ਼ ਉਹਨਾਂ ਦੇਖਣੀ, ਪੇਰੈਂਟਸ ਦੀ ਆਮਦਨ ਕਿੰਨੀ ਹੈ, ਕਿ ਪੇਰੈਂਟਸ ਕੋਲ
ਕਿ ਉਹ ਇਸ ਸਾਲ ਦੇ FTS ਭਰ ਲੈਣਗੇ ਤੇ ਅਗਲੇ ਸਾਲ ਜੇ ਬੱਚੇ ਨੂੰ ਲੋੜ ਹੋਈ ਉਹਦਾ ਵੀ ਇੰਤਜ਼ਾਮ ਉਹਨਾਂ ਮਾਂ ਬਾਪ ਕੋਲ ਹੈ ਕਿ ਨਹੀਂ ਹੈ, ਉਹਨਾਂ ਨੇ ਇਸ ਲੈਵਲ ਤੱਕ ਜਾਣਾ। ਸੋ 2014 ਪਾਸ ਆਊਟ, 15 ਪਾਸ ਆਊਟ, 13 ਪਾਸ ਆਊਟ, 5.5 ਬੈਂਡ ਵਾਲੇ ਜਿਹੜੇ ਬੱਚੇ ਨੇ ਉਹਨਾਂ ਨੂੰ ਕੋਈ ਇਸ਼ੂਜ਼ ਨਹੀਂ ਮੈਨੂੰ ਨਜ਼ਰ ਆਉਂਦੇ ਜੇ ਉਹਨਾਂ ਕੋਲ ਸੋਰਸ ਆਫ ਫਾਈਨੈਂਸਿਸ ਜਾਂ ਸੋਰਸ ਆਫ ਫੰਡਸ। ਬਿਲਕੁਲ ਠੀਕ ਹੈ ਤੁਹਾਡੀ ਗੱਲ। ਕੁਝ ਬੱਚਿਆਂ ਦੇ ਅਸੀਂ ਕੋਈ ਡੀਮੋਰਲਾਈਜ਼ ਨਹੀਂ ਕਰ ਰਹੇ ਬੱਚਿਆਂ ਨੂੰ, ਜਾਂ ਜਿਨ੍ਹਾਂ ਦੇ ਕੋਲ ਸਾਧਨ ਨਹੀਂ, ਪੈਸੇ ਕਮਾਉਣ ਦੇ ਘੱਟ ਆਮਦਨ ਹੈਗੀ ਆ, ਉਹਨਾਂ ਨੂੰ ਅਸੀਂ ਕੋਈ ਨਿੰਦ ਨਹੀਂ ਰਹੇ, ਡੀਮੋਰਲਾਈਜ਼ ਨਹੀਂ ਕਰ ਰਹੇ। ਪਰ ਇਹ ਇੱਕ ਕੌੜੀ ਸੱਚਾਈ ਹੈ ਕਿ ਜਦੋਂ ਤੁਹਾਡੀ ਆਮਦਨ ਘੱਟ ਹੁੰਦੀ ਹੈ, ਤੁਸੀਂ ਵਿਦੇਸ਼ ਜਾਣ ਦੀ ਕੋਸ਼ਿਸ਼ ਕਰਦੇ ਹੋ, ਅੰਬੈਸੀ ਵੱਲੋਂ ਅਸੈਸਮੈਂਟ ਜਦੋਂ ਹੁੰਦੀ ਹੈ, ਉਹਨੂੰ ਇਉਂ ਲੱਗਦਾ ਕਿ ਸਾਰੇ ਸਾਲ ਦੀ ਜਾਂ 2 ਸਾਲ ਦਾ ਖਰਚਾ ਬੱਚਾ ਪੜ੍ਹਾਈ 'ਤੇ ਕਰ ਰਿਹਾ, ਅਤੇ ਪੰਜਾਬ ਦਾ ਜਿਹੜਾ ਬੈਠਿਆ ਪਰਿਵਾਰ ਹੈ ਉਹ ਕੀ ਖਾਏਗਾ, ਉਹ ਕੀ ਪੀਏਗਾ। ਔਰ ਦੂਜਾ ਇਹ ਵੀ ਅਮਰਖ ਨਵੀਂ ਕਿ ਜਦੋਂ ਬੱਚਾ ਉੱਥੇ ਪਹੁੰਚ ਜਾਂਦਾ ਹੈ, ਉਹਨੂੰ ਪੈਸੇ ਮੋੜਨ ਦੀ, ਉਤਾਰਨ ਦੀ, ਵਿਆਜ ਉਤਾਰਨ ਦੀ, ਜਿਹੜੀ ਚੀਜ਼ ਵੇਚ ਕੇ ਆਇਆ, ਆਧਾਰ ਲੈ ਕੇ ਆਇਆ, ਜਿਹੜਾ ਉਹਦਾ ਦਿਮਾਗ ਜਿਹੜੇ ਬੱਚਿਆਂ ਨੂੰ ਕੰਮ ਲੱਭਣ 'ਚ ਮੁਸ਼ਕਲ ਆਈਆਂ, ਜਿਹੜੇ ਬੱਚਿਆਂ ਨੂੰ ਪੜ੍ਹਨ 'ਚ ਮੁਸ਼ਕਲ ਆਈਆਂ, ਜਦੋਂ ਓਵਰਆਲ ਇਹੋ ਜਿਹੇ ਹਾਲਾਤ ਵਿਗੜੇ ਤਾਂ ਉਹਨਾਂ ਨੂੰ ਇਹ ਕੜਵਾ ਸਟੈਪ ਚੱਕਣਾ ਪਿਆ ਕਿ ਬੱਚੇ ਦੇ ਕੋਲ ਫਾਈਨੈਂਸ਼ੀਅਲ ਸਟੇਬਿਲਿਟੀ ਕਿੰਨੀ ਹੈਗੀ ਹੈ, ਕਿ ਬੱਚਾ ਉੱਥੇ ਸਾਰਾ ਕੁਝ ਸੰਭਾਲ ਵੀ ਸਕਦਾ ਕਿ ਨਹੀਂ ਸਕਦਾ। ਅੱਜ ਜਿਹੜਾ ਹੈਗਾ ਮਾਹੌਲ ਭਾਵੇਂ ਥੋੜ੍ਹਾ ਜਿਹਾ ਗਮਗੀਨ ਉਹਨਾਂ ਬੱਚਿਆਂ ਲਈ ਬਣਿਆ ਜਿਹਨਾਂ ਦੀ ਰਿਜੈਕਸ਼ਨਸ ਆਈ ਹੈ, ਜਿਵੇਂ ਨਵੀਂ ਜੀ ਜਿਹਨਾਂ ਨੇ ਕਿਹਾ ਕਿ ਬਹੁਤ ਸਾਰੀਆਂ ਫਾਈਲਾਂ ਐਸੀਆਂ ਫਸੀਆਂ ਪਈਆਂ ਨੇ ਜਿਹਨਾਂ ਨੂੰ ਹਰ ਸਾਡਾ ਜਿਹੜਾ ਐਕਸਪਰਟ ਹੈ ਇਸ ਮੰਚ 'ਤੇ ਆਉਂਦੇ ਨੇ, ਤੁਹਾਨੂੰ ਸਲਾਹ ਦੇ ਕੇ ਜਾਂਦੇ ਨੇ, ਨਜਿੱਠਣ ਦੀ ਕੋਸ਼ਿਸ਼ ਕਰ ਰਹੇ ਨੇ, ਬਿਹਾਇੰਡ ਦਾ ਕਰਟਨ ਜਿਹੜਾ ਹੈਗਾ ਆਫ ਦਾ ਰਿਕਾਰਡ ਸਾਡੇ ਨਾਲ ਗੱਲਾਂ ਬਾਤਾਂ ਹੁੰਦੀਆਂ ਨੇ। ਬੜੀ ਇੱਕ ਮੁਹਿੰਮ ਚੱਲੀ ਹੋਈ ਹੈ ਕਿ ਬੱਚਿਆਂ ਦੇ ਵੀਜ਼ਾ ਆ ਜਾਣ ਐਫਰਟਸ ਲੱਗੀ ਹੋਈ ਹੈ, ਜਿਨ੍ਹਾਂ ਦੇ ਕਿਸੇ ਵੀ ਕਾਰਨ ਰਿਜੈਕਟ ਹੋ ਗਏ ਉਹਨਾਂ ਨੂੰ ਵੀ ਦੁਬਾਰਾ ਕੰਸੀਡਰ ਕੀਤਾ ਜਾਏਗਾ ਕਿ ਕਿਵੇਂ ਉਹਨਾਂ ਬੱਚਿਆਂ ਦੇ ਵੀਜ਼ੇ ਲਵਾਏ ਜਾਣ। ਪਰ ਜਿਹੜੇ ਹੁਣ ਬੱਚੇ ਅਪਲਾਈ ਕਰਨਗੇ ਉਹ ਧਿਆਨ ਰੱਖਣ, ਜਿਹੜੀਆਂ 3-4 ਚੀਜ਼ਾਂ ਤੁਹਾਨੂੰ ਦੱਸੀਆਂ ਨੇ, ਤੁਹਾਨੂੰ ਆਪਣੇ ਕਾਲਜ ਔਰ ਕੋਰਸ ਦੀ ਨੌਲੇਜ ਹੋਣੀ ਚਾਹੀਦੀ ਹੈ, ਨਿਊਜ਼ੀਲੈਂਡ ਬਾਰੇ ਥੋੜ੍ਹੀ ਜਿਹੀ ਰਿਸਰਚ ਕਰੋ, ਪੈਸੇ ਕਿੱਥੋਂ ਆਏ, ਕਿਵੇਂ ਆਏ, ਇਨਕਮ ਸੋਰਸ ਕੀ ਹੈ, ਇਹਨਾਂ ਦੇ ਪਰੂਫ ਆਪਣੇ ਏਜੰਟਸ ਨੂੰ ਦੇਣ ਦੀ ਕੋਸ਼ਿਸ਼ ਕਰੋ। ਜਾਲੀ ਡਾਕੂਮੈਂਟ, ਫਰਾਡੂਲੈਂਟ ਡਾਕੂਮੈਂਟ ਲਾਉਣ ਦੀ ਕੋਸ਼ਿਸ਼ ਨਾ ਕਰੋ, ਨਹੀਂ ਤਾਂ ਜਿਹੜਾ ਵੀਜ਼ਾ ਰਿਜੈਕਟ ਤਾਂ ਹੋਊਗਾ ਹੀ। ਮੈਨੂੰ ਇਉਂ ਲੱਗ ਰਿਹਾ ਕਿਤੇ ਉਹ ਦਿਨ ਨਾ ਵਾਪਰ ਜਾਣ ਜਦੋਂ ਆਸਟ੍ਰੇਲੀਆ ਦੇ ਵਿੱਚ ਬੱਚੇ ਗਲਤ ਡਾਕੂਮੈਂਟ ਲਾ ਕੇ ਪਹੁੰਚ ਗਏ, ਬੜੇ ਖੁਸ਼ੀ ਹੋਏ ਕਿ ਮੇਰੇ ਏਜੰਟ ਨੇ ਜੀ, ਨਵਨੀਤ ਜੀ ਨੇ ਤਾਂ ਮਨਾ ਕਰਤਾ ਸੀ, ਰਣਵੀਰ ਜੀ ਨੇ ਵੀ ਸਲਾਹ ਲਈ ਸੀ, ਉਹ ਕਹਿੰਦੇ ਸੀ ਕਿ ਤੁਹਾਡਾ ਤਾਂ ਵੀਜ਼ਾ ਨਹੀਂ ਲੱਗ ਸਕਦਾ ਆਪਣੇ ਨਿੱਜੀ ਤਜਰਬੇ 'ਤੇ, ਫਲਾਣੇ ਏਜੰਟ ਨੇ ਲਵਾਤਾ ਸੀ, ਪਹੁੰਚ ਕੇ ਬੜੇ ਖੁਸ਼ ਹੋਏ, ਜਿਸ ਦਿਨ PR ਹੋਣੀ ਸੀ ਉਸ ਦਿਨ ਹੀ ਘਰੇ ਇੱਕ ਮੇਲ ਆ ਗਈ ਕਿ ਤੁਹਾਡੇ ਡਾਕੂਮੈਂਟ ਜਾਲੀ ਸੀ, ਘਰੇ ਵਾਪਸ ਜਾਓ। ਸਾਰੀ ਮਿਹਨਤ ਖੂਹ ਖਾਤੇ, ਨਾ ਪਿੰਡ ਆ ਕੇ ਸ਼ਹਿਰ ਆ ਕੇ ਕੋਈ ਕੰਮ ਹੋਇਆ, ਨਾ ਉੱਥੇ ਜਾ ਕੇ ਅਸੀਂ ਪੱਕੇ ਹੋਏ, ਇਹ ਵਰਤਾਰਾ ਕਿਤੇ ਨਿਊਜ਼ੀਲੈਂਡ 'ਚ ਨਾ ਵਾਪਰੇ, ਸੋ ਆਪਣੇ ਕਾਗਜ਼ ਸਹੀ ਲਾਉਣ ਦੀ ਕੋਸ਼ਿਸ਼ ਕਰੋ। ਆਸਟ੍ਰੇਲੀਆ ਵੀ ਇਸੇ ਕਗਾਰ ਤੇ ਖੜਿਆ, ਆਸਟ੍ਰੇਲੀਆ ਵੀ ਇਸੇ ਕਿਨਾਰੇ ਤੇ ਖੜਿਆ, ਆਸਟ੍ਰੇਲੀਆ ਵੀ ਬਹੁਤ ਵੱਡੇ ਲੈਵਲ ਉਸੇ ਸਥਿਤੀ 'ਚ ਫਸੇ। ਰਣਵੀਰ ਜੀ, ਆਸਟ੍ਰੇਲੀਆ ਦਾ ਤਾਂ ਇਹ ਸ਼ੁਕਰ ਮਨਾ ਰਹੇ ਕਿ 2009 ਵਾਲਾ ਸਮੇਂ ਨਹੀਂ ਸੀ ਆ ਗਿਆ ਕਿ ਟੋਟਲ ਬੰਦ ਕਰ ਦੋ, ਅੱਜ ਵੀ ਉਹਨਾਂ ਨੇ ਲੈਵਲ ਉਹੀ ਰੱਖਿਆ, ਲੈਵਲਸ ਵੀ ਇਨਕਰੀਜ਼ ਨਹੀਂ ਕੀਤਾ, ਸਾਨੂੰ ਲੈਵਲ 5-4 ਨਹੀਂ ਪਾਇਆ, ਅੱਜ ਵੀ ਲੈਵਲ ਸੇਮ ਰੱਖਿਆ। ਪੁਆਇੰਟ ਉਹਨਾਂ ਨੇ ਸਾਡੇ ਅੱਗੇ ਰੱਖਤਾ ਕਿ ਸਾਡੇ ਕੋਲ ਬੱਚਾ ਉਹ ਲਿਆਇਓ ਜਿਹਦੀ ਅਕੈਡਮਿਕ ਚੰਗੇ ਨੇ, 55% ਤੋਂ ਉੱਪਰ ਬੱਚੇ ਦੇ ਨੰਬਰ ਹੋਣੇ ਚਾਹੀਦੇ ਨੇ, 5.5 ਬੈਂਡ ਤੋਂ ਘੱਟ ਨਾ ਹੋਣ, 2013-14-15 ਪਾਸ ਆਊਟ ਹੋਵੇ, ਸਬਜੈਕਟਸ ਥੋੜ੍ਹੇ ਠੀਕ ਹੋਣ, ਬਾਕੀ ਬੱਚਿਆਂ ਦੀਆਂ ਫਾਈਲਾਂ ਕੁਛ ਦੀਆਂ ਵਿਦਡਰਾਅ ਹੋਣਗੀਆਂ, ਔਰ ਜੋ ਮੇਰਾ ਐਕਸਪੀਰੀਅੰਸ ਕਹਿੰਦਾ ਕੁਛ ਰਿਜੈਕਸ਼ਨਸ ਵੀ ਫੇਰ। ਸਾਰੇ ਕੰਸਲਟੈਂਟ ਜਿਹੜੇ ਰਜਿਸਟਰਡ ਨੇ ਜਾਂ ਜਿਹਨੇ ਡਾਇਰੈਕਟ ਟਾਈਅਪਸ ਨੇ ਜਾਂ ਜਿਹੜੇ ਅੰਬੈਸੀਆਂ ਤੱਕ ਪਹੁੰਚ ਕਰਦੇ ਨੇ, ਹਾਈ ਕਮਿਸ਼ਨ ਤੱਕ ਪਹੁੰਚ ਕਰਦੇ ਨੇ ਵਿਦ ਗੋ ਗਲੋਬਲ, ਔਰ ਨਵਨੀਤ ਜਿਨ੍ਹਾਂ ਨੇ ਵੀ ਮੈਨੂੰ ਕੱਲ੍ਹ ਫੋਨ ਕੀਤਾ ਸ਼ਾਮੀ, ਹੋਰ 5-7 ਮਿੱਤਰ ਜਿਹੜੇ ਇਸ ਮੰਚ 'ਤੇ ਆ ਕੇ ਬੋਲਦੇ ਨੇ, ਸਾਰਿਆਂ ਦੇ ਫੋਨ ਆਏ, ਤੁਸੀਂ ਵੀ ਦੱਸਿਆ ਕਿ ਤੁਹਾਡੀ ਵਾਰਤਾਲਾਪ ਹਾਈ ਕਮਿਸ਼ਨ ਨਾਲ ਚੱਲ ਰਹੀ ਹੈ ਕਿ 55% ਤੋਂ ਉੱਪਰ ਹੁਣ ਜਿਹੜਾ ਹੈਗਾ ਬੱਚੇ ਨੂੰ ਤਿਆਰੀ ਕਰਨੀ ਚਾਹੀਦੀ ਹੈ ਜੇ ਆਸਟ੍ਰੇਲੀਆ ਜਾਣਾ। ਰਮੇਸ਼ ਜੀ, ਪ੍ਰੋਬਲਮ ਇਹ ਹੈ ਕਿ ਅੱਜ ਚਾਹੇ ਬੱਚਾ ਐਡਵਾਂਸ ਡਿਪਲੋਮਾ ਦੀ ਫਾਈਲ ਲਾਵੇ, ਚਾਹੇ ਡਿਪਲੋਮਾ ਲੀਡਿੰਗ ਟੂ ਡਿਗਰੀ ਲਾਵੇ, ਚਾਹੇ ਡਿਗਰੀ ਦੀ ਫਾਈਲ ਡਾਇਰੈਕਟ ਲਾਵੇ, ਉਹਨਾਂ ਨੇ ਡਿਸਕ੍ਰਿਮੀਨੇਟ ਨਹੀਂ ਕਰਨਾ। ਸੋ ਇਹ ਇੱਕ ਚੰਗੀ ਖਬਰ ਵੀ ਹੈ, ਇਹ ਮੇਰੀ ਨਿੱਜੀ ਰਾਏ ਹੈ, ਮਤਲਬ ਮੈਂ ਕੋਈ ਅੰਬੈਸੀ ਦਾ ਸਪੋਕਸ ਪਰਸਨ ਨਹੀਂ ਆਈ, ਉਹਨਾਂ ਦਾ ਡਿਸੀਜਨ ਮੈਂ ਨਹੀਂ ਦਿੰਦਾ, ਡਿਸੀਜਨ ਅੰਬੈਸੀ ਦਿੰਦੀ ਹੈ। ਜੇ ਤੁਹਾਡੇ 60% ਦੇ ਕੋਲ ਨੰਬਰ ਨੇ, 5.5 ਬੈਂਡ ਈਚ ਹੈਗੇ ਜਾਂ 6 ਬੈਂਡ ਨੇ, ਤਾਂ ਅੱਜ ਐਡਵਾਂਸ ਡਿਪਲੋਮਾ 'ਚ ਵੀ ਵੀਜ਼ਾਜ਼ ਉੱਦਾਂ ਹੀ ਆਉਂਦੇ ਦਿਖਦੇ ਨੇ, ਆਉਂਦੇ ਦਿਖਣਗੇ। ਉਹਦਾ ਕਾਰਨ ਇਹ ਹੈ ਕਿ ਅੰਬੈਸੀ ਨੂੰ ਇੱਕ ਜੈਨੂਇਨਨੈਸ ਆਫ ਪ੍ਰੋਫਾਈਲ ਸ਼ੋਰ ਹੋਗੀ, ਬੱਚਾ ਡੀ ਟੂ ਡੀ ਕਰੇ, ਬੱਚਾ ਇਕੱਲਾ ਡਿਪਲੋਮਾ ਕਰੇ, ਬੱਚਾ ਇਕੱਲਾ ਡਿਗਰੀ ਕਰੇ, ਉਹਦਾ ਕੋਈ ਬਹੁਤ ਲੰਬਾ ਚੌੜਾ ਫਰਕ ਨਹੀਂ ਪੈਣਾ। ਹਾਂ, ਜੇ ਤੁਸੀਂ ਟੌਪ ਯੂਨੀਵਰਸਿਟੀ ਜਾ ਰਹੇ ਹੋ ਗੱਲ ਵੱਖਰੀ ਹੈ, ਨਹੀਂ ਤਾਂ ਹੁਣ ਐਡਵਾਂਸ ਡਿਪਲੋਮਾਜ਼ ਵੀ ਜਿਹੜੇ ਕਈ ਬੱਚੇ ਫੀਸ ਬਹੁਤੀ ਨਹੀਂ ਲਾਉਣਾ ਚਾਹੁੰਦੇ, ਐਕਸਪੈਰੀਮੈਂਟ ਕਰਨਾ ਚਾਹੁੰਦੇ, ਮੁਲਕ 'ਚ ਕਿਵੇਂ ਪੈਰ ਲੱਗਦਾ, ਉਹਨਾਂ ਬੱਚਿਆਂ ਲਈ ਅੱਜ ਐਡਵਾਂਸ ਡਿਪਲੋਮਾਜ਼ ਨੂੰ ਇੱਕ ਸੁਖਾਵੀ ਖਬਰ ਸਮਝ ਕੇ ਵੀ ਦੇਖਿਆ ਜਾ ਸਕਦਾ। ਇੱਕ ਚੀਜ਼ ਜਿਹੜੀ ਰੜਕਦੀ ਹੈ ਬੱਚਿਆਂ ਨੂੰ ਕਿਤੇ ਨਾ ਕਿਤੇ, ਇਹ ਚੀਜ਼ ਪਰਸਨਲ ਤੌਰ 'ਤੇ ਮੈਨੂੰ ਵੀ ਮਹਿਸੂਸ ਹੁੰਦੀ ਹੈ, ਜਦੋਂ ਅਸੀਂ ਫਾਈਲ ਲਾਉਂਦੇ ਹਾਂ ਅੰਬੈਸੀ ਦੇ ਵਿੱਚ ਆਸਟ੍ਰੇਲੀਆ ਨੂਨੀ ਜੀ, ਤਾਂ ਉਹਦਾ ਡਿਸੀਜ਼ਨ 2 ਦਿਨ 4 ਦਿਨ 6 ਦਿਨ ਜਾਂ 15 ਦਿਨ ਬਾਅਦ ਜਦੋਂ ਵੀ ਆਉਂਦਾ, ਤਾਂ ਡਿਸੀਜ਼ਨ ਆਉਣਾ ਚਾਹੀਦਾ। ਇੱਕ ਜਿਹੜੀ ਸਭ ਤੋਂ ਵੱਡੀ ਸਮੱਸਿਆ ਕਿ 3-4-4-6-6 ਮਹੀਨੇ ਜਿਹੜੀਆਂ ਫਾਈਲਾਂ ਲਟਕਦੀਆਂ ਨੇ, ਚਾਹੇ ਉਹਦੇ ਪਿੱਛੇ ਕੋਈ ਟੈਕਨੀਕਲ ਕਾਰਨ ਹੋਊਗਾ, ਬੱਚੇ ਨੂੰ ਐਗਜ਼ਾਮਿਨ ਕਰਨਾ ਚਾਹੁੰਦੇ ਨੇ, ਟੈਕਨੀਕਲ ਕਾਰਨ ਜਿਹੜਾ ਹੁਣ ਸੀ ਉਹ ਸਾਨੂੰ ਇਹ
ਜਿਹੜੇ ਬਦਲਾਅ ਆਉਣੇ ਸੀ ਉਹ ਬਦਲਾਅ ਦੀ ਵੇਟ ਕਰਕੇ ਡਿਸੀਜਨਸ ਦੇ ਰਹੇ ਨੇ। ਸਾਡੇ ਕੋਲ ਰਿਜੈਕਸ਼ਨ ਆਈ, ਬੱਚੇ ਦਾ ਲਿਖਿਆ ਸਿਮਿਲਰ ਕੋਰਸਿਸ ਅਵੇਲੇਬਲ ਇਨ ਇੰਡੀਆ, 4 ਮਹੀਨੇ ਪਹਿਲਾਂ ਨਹੀਂ ਆਉਂਦੀ ਸੀ। ਕਈ ਲੋਕਾਂ ਨੂੰ ਲੱਗ ਰਿਹਾ ਜੇ ਸਾਡੀ ਜਨਵਰੀ ਚ ਫਾਈਲ ਲੱਗ ਗਈ ਹੁੰਦੀ ਜਾਂ ਨਵੰਬਰ ਚ ਲੱਗ ਗਈ ਹੁੰਦੀ ਮੈਂ ਚਲੇ ਗਿਆ ਹੁੰਦਾ। ਨਵੰਬਰ ਤੋਂ ਬਾਅਦ ਇੱਕ ਇਹੋ ਜਿਹਾ ਮਾੜਾ ਸਮੇਂ ਚੱਲਿਆ। ਅੱਜ ਵੀ ਵੀਜ਼ਾਸ ਨੇ, ਤੁਸੀਂ ਮੇਰੇ ਕੋਲ ਦਫ਼ਤਰਾਂ ਚ ਮੈਂ ਮੰਚ ਤੇ ਨਹੀਂ ਬੱਚੇ ਦਿਖਾਉਂਦੇ ਕਿਉਂਕਿ ਦੂਜਿਆਂ ਨੂੰ ਦੇਖ ਕੇ ਹੋਰ ਠੇਸ ਪਹੁੰਚਦੀ ਹੈ। ਸੋ ਅੱਜ ਵੀ ਵੀਜ਼ਾਸ ਦੇ ਰਹੇ ਨੇ, ਪਰ ਯੈਸ ਪ੍ਰੋਸੈਸਿੰਗ ਟਾਈਮ ਕਈ ਕੇਸਿਸ ਚ ਬਹੁਤ ਲੰਬਾ ਨਿਕਲਿਆ ਕਿਉਂਕਿ ਇਹ ਬਦਲਾਵ ਆਉਣ ਵਾਲੇ ਸੀ ਜਿਨ੍ਹਾਂ ਨੂੰ ਉਹਨਾਂ ਨੇ ਮੱਦੇਨਜ਼ਰ ਰੱਖ ਕੇ ਮੇਰੇ ਸਾਹਮਣੇ ਡਿਸੀਜਨਸ ਕੁਛ ਸਲੋ ਆਏ ਸੀ। ਫਿਰ ਵੀ ਅਸੀਂ ਕੋਸ਼ਿਸ਼ ਕਰਾਂਗੇ ਹਰ ਪ੍ਰੋਗਰਾਮ ਦੇ ਵਿੱਚ ਐਕਸਪਰਟ ਨੂੰ ਬੁਲਾ ਕੇ ਸਲਾਹ ਦਈਏ, ਪਰ ਸਮੇਂ ਦੀ ਨਜ਼ਾਕਤ ਨੂੰ ਸਮਝਦੇ ਹੋਏ ਸਟੂਡੀਓ ਦੀ ਘੜੀਆਂ ਇਸ ਵਕਤ ਇਸ਼ਾਰਾ ਕਰ ਰਹੇ ਨੇ ਕਿ ਅਗਲਾ ਪ੍ਰੋਗਰਾਮ ਜਿਹੜਾ ਹੈਗਾ 10 ਤੱਕ ਦੇ ਰਿਹਾ। ਇਸ ਪ੍ਰੋਗਰਾਮ ਨੂੰ ਵਾਈਂਡ ਅਪ ਕਰਾਂਗੇ, ਤੁਹਾਡੇ ਲਈ ਆਪਸ਼ਨਸ ਹੈਗੇ ਗੋ ਗਲੋਬਲ ਦੇ ਨੰਬਰ ਫਲੈਸ਼ ਕੀਤੇ ਜਾ ਰਹੇ ਨੇ, ਕੋਈ ਵੀ ਜ਼ਿਹਨ ਦੇ ਵਿੱਚ ਸਵਾਲ ਹੈਗਾ ਕਾਲ ਕਰ ਸਕਦੇ ਹੋ। ਸ਼ੋਅ ਦੁਆਰਾ ਦੇਖਣਾ ਕੱਲ੍ਹ ਨੂੰ 5:30 ਵਜੇ ਮਿਲਾਂਗੇ, ਉਦੋਂ ਤੱਕ ਲਈ ਆਪਣੇ ਦੋਸਤ ਰਣਵੀਰ ਸਿੰਧੂ ਨੂੰ ਅੱਗੇ ਦਾ ਸ਼ੁਕਰੀਆ, ਧੰਨਵਾਦ।